ਤੇ ਇਹ ਜਾਨੀ 10 ਮਾਡਲ ਆ ਇਹ ਇਹਨੂੰ ਜ਼ਿਆਦਾਤਰ ਲੋਕ ਬਲੈਕ ਕਿੰਗ ਦੇ ਨਾਲ ਨਾਲ ਜਾਣਦੇ ਆ ਆ ਬਲੈਕ ਕਿੰਗ ਦੇ ਨਾਲ ਬਲੈਕ ਮਤਲਬ ਇੱਕ ਤਾਂ ਇਹ ਰੰਗ ਹੋ ਗਿਆ ਤੇ ਦੂਸਰਾ ਇਹ ਕਿੰਗ ਆ ਜਿਪਸੀ ਅੱਗੇ ਆਪਣੇ ਪਹਿਲਾਂ ਦੂਜੀਆਂ 1000 ਸੀਸੀ ਆਉਂਦੀਆਂ ਹੁੰਦੀਆਂ ਸੀ ਉਹ ਨਾਰਮਲ ਜਿਪਸੀ ਹੁੰਦੀ ਆ ਅੱਛਾ ਤੇ ਇਹ 1300 ਸੀਸੀ ਆ ਬਈ ਇਹ ਓਰੀਜਨਲ ਬਲੈਕ ਆ ਬਲੈਕ ਦਾ ਮਤਲਬ ਵੀ ਇਹ ਯਾਂਸੀ ਚੋਂ ਆਈ ਹੋਈ ਬਲੈਕ ਆ ਤੇ ਇਹਦੇ ਕਾਪੀ ਤੇ ਵੀ ਬਲੈਕ ਆ ਬ੍ਰਾਊਨ ਜਿਹਾ ਸ਼ੇਡ ਆਉਂਦਾ ਇਹ ਚ ਰਾਤ ਨੂੰ ਚਾਕਲੇਟ ਜੀ ਲੱਗਦੀ ਹੈ ਰਾਤ ਨੂੰ ਕਈ ਵਾਰੀ ਇਹਦੇ ਆਪਾਂ ਲਾਈਟ ਮਾਰੀਏ ਤਾਂ ਇਹ ਕਾਲਾ ਨਹੀਂ ਬ੍ਰਾਊਨ ਜੀ ਲੱਗਦੀ ਹੈ ਜਿਵੇਂ ਹੁਣ ਵੀ ਜਿਵੇਂ ਧੁੱਪੇ ਵਿੱਚ ਵਿੱਚ ਹਲਕਾ ਜਿਹਾ ਇੱਥੇ ਫੀਲ ਹੁੰਦਾ ਹੈ ਗੋਲਡਨ ਜੀ ਜਿਵੇਂ ਬ੍ਰਾਊਨ ਜਿਹਾ ਸ਼ੇਡ ਇਹ ਚ ਹੈਗਾ ਵੈਸੇ ਆਪਣੇ ਬਾਈ ਦਾ ਪਿੱਛੇ ਦੇਖਦੇ ਹੋਵੋਗੇ ਪੰਜਾਬੀ ਟ੍ਰੇਡਰ ਨਾਮ ਤੇ ਬਾਈ ਦਾ ਕੰਮ ਬਾਈ ਨੂੰ ਜ਼ਿਆਦਾਤਰ ਲੋਕ ਨਾ ਪੰਜਾਬੀ ਟ੍ਰੇਡਰ ਨਾਮ ਤੇ ਜਾਣਦੇ ਨੇ ਹੈ ਅਸਲੀ ਨਾਮ ਤਾਂ ਕਿਸੇ ਨੂੰ ਘੱਟ ਹੀ ਪਤਾ ਆ ਹੈ ਤੇ ਯਾਰ ਜਿਹੜੇ ਆਹ ਵਾਲਾ ਰੰਗ ਹੈ ਆਪਣੇ ਕੋਲ ਤਾਂ ਕਾਲਾ ਹੈਗਾ ਹੈ ਇਹਦੇ ਨਾਲ ਦੀਆਂ ਹੋਰ ਪੰਜਾਬ ਚ ਕਿਹਦੇ ਕਿਹਦੇ ਕੋਲ ਹੈਗਾ ਪਤਾ ਇਹ ਚ ਬਈ ਇੱਕ ਤਾਂ ਇੱਕ ਬੱਬੂ ਮਾਨ ਬਾਈ ਹੋਣਾ ਕੋਲੇ ਅੱਛਾ ਚਿੱਟਾ ਚਾਦਰਾ ਜਿਪਸੀ ਕਾ ਹਾਂ ਉਹ ਕਾਲੀ ਉਹਨਾਂ ਕੋਲੇ ਰੀਜਨਲ ਹੈਗੀ ਆ ਤੇ ਇੱਕ ਬੰਦਾ ਬਾਈ ਹੋਰ ਆ ਮੇਰਾ ਫਰੈਂਡ ਆ ਮਹਾਲੀ ਦਾ ਉਹਦੇ ਕੋਲੇ ਇੱਕ ਇਹ ਹੈਗੀ ਵੈਸੇ ਹੈ ਤਾਂ ਇਹ ਉਹਦਾ ਜੀਪ ਕੈਟਾਗਰੀ ਦੀ ਗੱਡੀ ਹੈ ਜੀਪ ਭਜਾ ਕੇ ਕਿੰਨੀ ਕਿ ਦੇਖ ਲਈ ਕਿੰਨੀ ਕਿ ਦੌੜਦੀ ਹੈ ਭਜਾ ਦੇ ਭਜਾ ਕੇ ਬਾਈ ਇਹ ਜਿਵੇਂ ਹੁਣ 120 ਤੱਕ ਤਾਂ 30 ਤੱਕ ਤਾਂ ਲਾਈ ਹੋਈ ਆ ਕਿਉਂਕਿ ਇਹ ਜ਼ਿਆਦਾ ਤਾਂ ਨਹੀਂ ਭਜਾਉਂਦਾ ਕਿਉਂਕਿ ਟਾਇਰ ਚੌੜੇ ਪਏ ਹੈਗਾ ਇਹ ਬਾਈ ਉਦੋਂ ਮਤਲਬ ਹਨਾ ਯੂਐਸਏ ਤੋਂ ਮੰਗਾ ਕੇ ਇਹਦਾ ਟਾਇਰ ਪਾਏ ਸੀਗੇ ਇਹ ਕਿਹੜੇ ਸਨ ਦੇ ਪਏ ਹੋਏ ਟਾਇਰ ਇਹ 2014 ਜਾਂ 15 ਦੇ ਹੋਣੇ ਆ ਐਗਜ਼ੈਕਟ ਨਹੀਂ ਮੈਨੂੰ ਪਤਾ ਹੈਗਾ ਕਾਪਰ ਗੁਬਰਾ ਦੇ ਆ ਇਹ ਬਾਹਰੋਂ ਇੰਪੋਰਟ ਹੁੰਦੇ ਯੂਐਸਏ ਤੋਂ ਜਿਹੜੇ ਬੰਦਿਆਂ ਨੇ ਪਹਿਲਾਂ ਜਿਪਸੀ ਨਹੀਂ ਰੱਖੀ ਜਾਂ ਜਿਨ੍ਹਾਂ ਨੂੰ ਪਤਾ ਨਹੀਂ ਮਤਲਬ ਇਹਦਾ ਬੋਨਟ ਉਧਰੋਂ ਨਹੀਂ ਇਧਰੋਂ ਖੁੱਲਦਾ ਆ ਹੈ ਜੇ ਆਪਾਂ ਦੱਸੀ ਬਾਈ ਸਾਡਾ ਹੈਗਾ ਟ੍ਰੇਡਰ ਹੈ ਹਾਂਜੀ ਟ੍ਰੇਡਰ ਇਨ ਸੈਂਸ ਆਪਾਂ ਪੰਜਾਬੀ ਚ ਕਹਿ ਦਈਏ ਪੰਜਾਬੀ ਟ੍ਰੇਡਰ ਦੇ ਨਾਮ ਨਾਲ ਜਾਣਦੇ ਆ ਹਾਂ ਤੇ ਟ੍ਰੇਡਿੰਗ ਮਤਲਬ ਕਰਦੇ ਆਪਾਂ ਕਿਸ ਤਰ੍ਹਾਂ ਆ ਆਪਾਂ ਬਈ ਮੈਂ ਜ਼ਿਆਦਾ ਮਤਲਬ ਇੰਡੀਅਨ ਮਾਰਕੀਟ ਦੇ ਵਿੱਚ ਕਰਦਾ ਮੈਂ ਟ੍ਰੇਡਿੰਗ ਤੇ ਸ਼ੇਅਰ ਮਾਰਕੀਟ ਹਾਂ ਸ਼ੇਅਰ ਮਾਰਕੀਟ ਦੇ ਵਿੱਚ ਜਾਂ ਮੈਂ ਉਹਦੀ ਕੋਚਿੰਗ ਦਿੰਦਾ ਟ੍ਰੇਡਿੰਗ ਤੋਂ ਲੈ ਕੇ ਕਈਆਂ ਦੇ ਵਹਿਮ ਹੁੰਦਾ ਕਿ ਯਾਰ ਇਹ ਚ ਰੁਪਈਆ ਕਰੋੜਾ ਬਣਦਾ ਇਨਵੈਸਟਮੈਂਟ ਘਟਿਆ ਫਾਇਦਾ ਵੱਧਦਾ ਐ ਹੈਗਾ ਨਹੀਂ ਵੀ ਕਿਸੇ ਕਈ ਵਾਰੀ ਜਗ੍ਹਾ ਤੇ ਇਦਾਂ ਹੋ ਵੀ ਜਾਂਦਾ ਵਾ ਵੀ ਹਾਂ ਇਨਵੈਸਟਮੈਂਟ ਆਪਾਂ ਥੋੜੀ ਲਾ ਕੇ ਵਧੀਆ ਪੈਸੇ ਵੀ ਬਣ ਜਾਂਦੇ ਆ ਬਟ ਇਦਾਂ ਦਾ ਇਦਾਂ ਦੀ ਥਿੰਕਿੰਗ ਨਹੀਂ ਹੈਗੀ ਵੀ ਹਾਂ ਪੈਸੇ ਡਬਲ ਹੋ ਜਾਣਗੇ ਮਹੀਨੇ 'ਚ ਬੰਦਾ ਕਰੋੜਾ ਬਣਾਉਣ ਲੱਗ ਜੂ ਇਦਾਂ ਦਾ ਕੁਛ ਨਹੀਂ ਹੈਗਾ ਹਾਂਜੀ ਮਿੱਤਰੋ ਸਤਿ ਸ਼੍ਰੀ ਅਕਾਲ ਬਾਈ ਜੀ ਗੱਲਬਾਤ ਐ ਆ ਅੱਜ ਐਪੀਸੋਡ ਇੱਕ ਹੋਰ ਆ ਕਾਰਾਂ ਵਾਲੇ ਦਾ ਤੇ ਕਾਰਾਂ ਵਾਲੇ ਦੇ ਨਾਲ ਬਾਈ ਜੀ ਗੱਡੀ ਇਦਾਂ ਦੀ ਆ ਕਿ ਹੈ ਜਿਪਸੀ ਆ ਪਰ ਜਿਪਸੀ ਇਦਾਂ ਦੀ ਆ ਇਦਾਂ ਦੀਆਂ ਜਿਪਸੀਆਂ ਪੂਰੇ ਪੰਜਾਬ ਦੇ ਵਿੱਚ ਤੁਹਾਨੂੰ ਰੋਡ ਤੇ ਚੱਲਦੀਆਂ ਇਸ ਹਾਲਤ ਦੀਆਂ ਜਾਂ ਇਸ ਰੰਗ ਦੀਆਂ ਬਹੁਤ ਘੱਟ ਮਿਲਣਗੀਆਂ ਹੈ ਤੇ ਬੰਦਾ ਵੀ ਸਾਡੇ ਨਾਲ ਇਦਾਂ ਦਾ ਜਿੱਦਾਂ ਦੇ ਬੰਦੇ ਵੀ ਤੁਹਾਨੂੰ ਪੰਜਾਬ 'ਚ ਘੱਟ ਮਿਲਣਗੇ ਬਾਈ ਆਪਣੇ ਨਾਲ ਬਾਈ ਜਸਕੀਤ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਮੈਂ ਕਿਹਾ ਬਾਈ ਜੀ ਇਹ ਗੱਡੀ ਉਹ ਆ ਦੇਖਣ ਨੂੰ ਜਿਪਸੀ ਆ ਸਾਰਿਆਂ ਨੂੰ ਲੱਗੂਗਾ ਯਾਰ ਆਮ ਜੀ ਗੱਡੀ ਆ ਪਰ ਇਹਦੇ ਨਾਲ ਦੀਆਂ ਪੰਜਾਬ ਦੀਆਂ ਸੜਕਾਂ ਤੇ ਚੱਲਦੀਆਂ ਗੱਡੀਆਂ ਤੁਹਾਨੂੰ ਘੱਟ ਮਿਲਣਗੀਆਂ ਬਾਕੀ ਇਦਾਂ ਹੀ ਆ ਬਾਈ ਮੈਂ ਆਪਦੀ ਸੁਰਤ 'ਚ ਇਹ ਤਿੰਨ ਕੁ ਦੇਖੀਆਂ ਤਿੰਨ ਕੁ ਇਹ ਹੋ ਗਈ ਦੋ ਹੋਰ ਦੇਖੀਆਂ ਆਪਦੀ ਸੁਰਤ 'ਚ ਹੁਣ ਜਿਹੜਾ ਬੰਦਾ ਦੇਖੂਗਾ ਨਾ ਨਾਲੇ ਕਮੈਂਟ ਕਰਨਗੇ ਯਾਰ ਰੋਡ ਤੇ ਬਾਲੀਆਂ ਤੁਰੀਆਂ ਫਿਰਦੀਆਂ ਜੱਟੋ ਕੀ ਗੱਲ ਕਰਦੇ ਆ ਹੈ ਤਿੰਨ ਕਿਵੇਂ ਕਿਉਂਕਿ ਬਾਈ ਇਹ ਓਰੀਜਨਲ ਬਲੈਕ ਆ ਬਲੈਕ ਦਾ ਮਤਲਬ ਵੀ ਇਹ ਯਾਂਸੀ 'ਚ ਆਈ ਹੋਈ ਬਲੈਕ ਆ ਤੇ ਇਹਦੇ ਕਾਪੀ ਤੇ ਵੀ ਬਲੈਕ ਆ ਜਿਹੜੀ ਉਂ ਜੈਪਸੀ ਬਲੈਕ ਕਿਤੇ ਜ਼ਿਆਦਾਤਰ ਰੰਗ ਹੋਈਆਂ ਹੁੰਦੀਆਂ ਜ਼ਿਆਦਾਤਰ ਆਈ ਨਹੀਂ ਕਹਿੰਦੇ ਵੀ ਸਾਰੀਆਂ ਦੇ ਰੰਗ ਹੋਈਆਂ ਜ਼ਿਆਦਾਤਰ ਰੰਗ ਹੋਈਆਂ ਹੁੰਦੀਆਂ ਵੈਸੇ ਮਾਡਲ ਕਿਹੜਾ ਆ ਇਹ 10 ਮਾਡਲ ਇਹ 10 ਮਾਡਲ ਆ ਜਿਹਨੂੰ ਕਹਿ ਦਈਏ ਓਰੀਜਨਲ ਆ ਓਰੀਜਨਲ ਸਾਰੀ ਆਲ ਓਰੀਜਨਲ ਜਿਪਸੀ ਤੇ ਨਾਲੇ ਜਿਪਸੀ ਦੇ ਵਿੱਚ ਮਾਡਲ ਕਿਹੜੇ ਜੇ ਆਪਾਂ ਇਹਦੀ ਜਾਣਕਾਰੀ ਦੇਣੀ ਹੋਵੇ ਯਾਰ ਜਿਪਸੀ ਇਸ ਸਨ ਦੇ ਵਿੱਚ ਆਈ ਸੀ ਪਤਾ ਕਿ ਕਿਹੜੇ ਸਨ 'ਚ ਸ਼ੁਰੂ ਹੋਈ ਸੀ ਇਹ ਇਹਨੂੰ ਬਈ ਹੁਣ ਪੁਰਾਣੇ ਫੌਜੀਆਂ ਫੌਜੀਆਂ ਵੇਲੇ ਦੀਆਂ ਚੱਲਦੀਆਂ ਵਾ ਇਹਨਾਂ ਦਾ ਆਪਾਂ ਹੁਣ ਬੜੀ ਬੰਦ ਆਪਣੀ 17 'ਚ ਹੋ ਗਈ ਸੀ ਇਹ 16 ਜਾਂ 17 ਦੇ ਵਿੱਚ ਇਹ ਬੰਦ ਹੋ ਗਈ ਸੀ 10 ਲੋਟ ਵੀ ਕਿਹਾ ਸੀਗਾ ਕੁਝ ਕੁ ਮਤਲਬ ਆਈਆਂ ਸੀ ਕੁਝ ਕੁ ਲੋਕਾਂ ਨੇ ਲਈਆਂ ਸੀਗੀਆਂ ਤੇ ਇਹ ਜਾਨੀ 10 ਮਾਡਲ ਆ ਇਹ ਇਹਨੂੰ ਜ਼ਿਆਦਾਤਰ ਲੋਕ ਬਲੈਕ ਕਿੰਗ ਦੇ ਨਾਲ ਨਾਲ ਜਾਣਦੇ ਆ ਬਲੈਕ ਕਿੰਗ ਦੇ ਨਾਲ ਬਲੈਕ ਮਤਲਬ ਇੱਕ ਤਾਂ ਇਹ ਰੰਗ ਹੋ ਗਿਆ ਤੇ ਦੂਸਰਾ ਇਹ ਕਿੰਗ ਆ ਜਿਪਸੀ ਅੱਗੇ ਆਪਣੇ ਪਹਿਲਾਂ ਦੂਜੀਆਂ 1000 ਸੀਸੀ ਆਉਂਦੀਆਂ ਹੁੰਦੀਆਂ ਸੀ ਉਹ ਨਾਰਮਲ ਜਿਪਸੀ ਹੁੰਦੀ ਆ ਅੱਛਾ ਤੇ ਇਹ 1300 ਸੀਸੀ ਆ ਜਿਹਦੇ ਸਾਈਡ ਤੇ ਸਟicker ਲੱਗਿਆ ਹੁੰਦਾ ਜਿਪਸੀ ਕਿੰਗ ਦਾ ਸਟicker ਵੀ ਹਜੇ ਤੱਕ ਬਈ ਓਰੀਜਨਲ ਆ ਇਹ ਓਰੀਜਨਲ ਆ ਹੈ ਹਾਂ ਸਟicker ਉਹਦੇ ਥੋੜੇ ਹੁਣ ਚਲੋ ਪੁਰਾਣਾ ਹੋ ਗਿਆ ਕਰਕੇ ਬਟ ਓਰੀਜਨਲ ਆ ਉਹ ਯਾਰ ਕਦੀ ਐ ਜੀ ਨਹੀਂ ਕੀਤਾ ਕਿ ਯਾਰ ਇਹਦਾ ਰੰਗ ਹੁਣ ਥੋੜਾ ਫੇਡ ਹੋਈ ਜਾਂਦਾ ਹੈ ਕਿਤੋਂ ਕਿਤੋਂ ਉਤਰੀ ਜਾਂਦਾ ਯਾਰ ਉਹਨੂੰ ਰੰਗ ਹੀ ਕਰਾ ਦਈਏ ਨਹੀਂ ਬਾਈ ਇਹਦੀ ਜਦੋਂ ਮੈਂ ਧਵਾਉਣਾ ਹੁੰਦਾ ਇਹ 'ਚ ਖਾਸ ਇਹੀ ਧਿਆਨ ਰੱਖਦਾ ਹੁੰਦਾ ਵੀ ਇਹਨੂੰ ਜਿਹੜੀ ਪਾਲਿਸ਼ ਆ ਬਹੁਤ ਵਧੀਆ ਵਰਤਦਾ ਮੈਂ ਵੀ ਪਾਲਿਸ਼ ਇਹਨੂੰ ਕਾਫੀ ਹੱਦ ਤੱਕ ਮਤਲਬ ਮੇਨਟੇਨ ਰੱਖਦੀ ਇਹਦੀ ਚਮਕ ਹੋ ਗਈ ਇਹਦੀ ਜਿਵੇਂ ਆਪਾਂ ਕਹਿ ਦਈਏ ਵੀ ਮਨਿਆਦ ਵਧਾਉਂਦਾ ਵਾ ਇਹਨੂੰ ਇੱਕ ਤਰ੍ਹਾਂ ਦੀ ਜਿਹੜੀ ਪਾਲਿਸ਼ ਆਪਾਂ ਜ਼ਿਆਦਾ ਮਾਰੀ ਚੱਲੀ ਇੱਕ ਤਰ੍ਹਾਂ ਦੀ ਉਹ ਕੋਟਿੰਗ ਹੀ ਹੋ ਜਾਂਦੀ ਮੈਂ ਪਾਲਿਸ਼ ਟਿਕਾ ਕੇ ਮਰਵਾ ਕੇ ਲਵਾਂ ਤੇ ਧਵਾਉਣਾ ਮੈਂ ਇੱਕ ਖਾਸ ਬੰਦੇ ਤੋਂ ਹੀ ਆ ਤੇ ਉਹ ਤੋਂ ਹੀ ਧੋਤੀ ਜਾਂਦੀ ਇੱਕ ਖਾਸ ਗੱਲ ਹੋ ਰਿਹਾ ਹੈ ਤੁਸੀਂ ਮੈਨੂੰ ਕਹਿੰਦੇ ਸੀਗੇ ਯਾਰ ਬਾਈ ਇਹ ਕੱਲੀ ਕਾਲੇ ਰੰਗ ਦੀ ਹੋਈ ਨਹੀਂ ਹੈਗੀ ਹੈ ਇਹ ਰਾਤ ਨੂੰ ਬ੍ਰਾਊਨ ਜਿਹਾ ਸ਼ੇਡ ਆਉਂਦਾ ਇਹ ਚ ਰਾਤ ਨੂੰ ਚਾਕਲੇਟੀ ਜੀ ਲੱਗਦੀ ਹੈ ਰਾਤ ਨੂੰ ਕਈ ਵਾਰੀ ਇਹਦੇ ਤੇ ਆਪਾਂ ਲਾਈਟ ਮਾਰੀਏ ਤਾਂ ਇਹ ਕਾਲਾ ਨਹੀਂ ਬ੍ਰਾਊਨ ਜੀ ਲੱਗਦੀ ਹੈ ਜਿਵੇਂ ਹੁਣ ਵੀ ਜਿਵੇਂ ਧੁੱਪੇ ਵਿੱਚ ਵਿੱਚ ਹਲਕਾ ਜਿਹਾ ਇੱਥੇ ਫੀਲ ਹੁੰਦਾ ਹੈ ਗੋਲਡਨ ਜਿਹਾ ਜਿਵੇਂ ਬ੍ਰਾਊਨ ਜਿਹਾ ਸ਼ੇਡ ਇਹ ਚ ਹੈਗਾ ਉਹ ਹੈਗਾ ਹੈ ਵੈਸੇ ਸ਼ੁਰੂ ਤੋਂ ਬੈਕ ਕਰ ਕਰੋ ਸੌਖੇ ਸੀ ਸ਼ੁਰੂ ਤੋਂ
ਰੀਝ ਬਾਈ ਬਸ ਇਹੀ ਸੀਗੀ ਵੀ ਚਾਰ ਸੀਟਾਂ ਵਾਲੀ ਹੈ ਨਾ ਏ ਸੀ ਗੱਡੀ ਨਵੀਂ ਹੋਵੇ ਬਸ ਕੋਈ ਵੀ ਹੋਵੇ ਜਿਵੇਂ ਆਪਾਂ ਕਾਈ ਨਹੀਂ ਕਹਿੰਦੇ ਵੀ ਬਹੁਤ ਵੱਡਾ ਨਾ ਮੇਰਾ ਜਿਵੇਂ ਕਹਿ ਦੀ ਸ਼ੌਂਕ ਸੀਗਾ ਮੈਨੂੰ ਐਂ ਹੁੰਦਾ ਸੀ ਯਾਰ ਕੋਈ ਵੀ ਗੱਡੀ ਹੋਵੇ ਪਰ ਹੋਵੇ ਨਵੀਂ ਤੇ ਚਾਰ ਬੰਦੇ ਜਾ ਕੇ ਏ ਸੀ ਚੱਲਦਾ ਹੋਵੇ ਕਿਉਂਕਿ ਜਦੋਂ ਅਸੀਂ ਪਹਿਲਾਂ ਗੱਡੀ ਲਈ ਸੀਗੀ ਅਸੀਂ ਇੱਕ ਇੰਡੀਕਾ ਲਿਆਂਦੀ ਸੀਗੀ ਅੱਛਾ ਉਹ ਜਿਵੇਂ ਡੀਜ਼ਲ ਸੀਗੀ ਉਹ ਥੋੜੀ ਜ਼ਿਆਦਾ ਮਤਲਬ ਵਧੀਆ ਨਹੀਂ ਸੀਗੀ ਉਹ ਚੀਜ਼ ਉਸ ਨਹੀਂ ਚੀਕਾਂ ਮਾਰਦੀ ਆ ਚੀਕਾਂ ਮਾਰਦੀ ਜਿਹੜੀ ਜਿਹਦੀ ਬੈਲਟ ਨੂੰ ਆਪਾਂ ਗਰੀਸ ਜਾਂ ਤੇਲ ਲਾ ਕੇ ਤੋੜਨੀ ਪੈਂਦੀ ਉਹ ਵਾਲੀ ਇੰਡੀਕਾ ਸੀ ਪਹਿਲਾਂ ਉਹ ਆਪਾਂ ਲਿਆਂਦੀ ਸੀਗੀ ਉਹ ਵੀ ਦਿੱਲੀ ਨੰਬਰ ਲਿਆਂਦੀ ਕਿਉਂਕਿ ਦਿੱਲੀ ਨੰਬਰ ਸਸਤੀਆਂ ਮਿਲ ਜਾਂਦੀਆਂ ਅੱਛਾ ਤੇ ਫਿਰ ਉਦੋਂ ਦਾ ਬਸ ਇਹੀ ਸੀ ਵੀ ਗੱਡੀ ਕੋਈ ਵੀ ਲਿਆਂਦੀ ਏਸੀ ਵਾਲੇ ਬਟ ਇਹ ਵਿਦਆਊਟ ਏਸੀ ਇਹ ਬਿਨਾਂ ਏਸੀ ਹਾਂ ਏਸੀ ਵਾਲੀ ਆਪਣੇ ਕੋਲੇ ਉਹ ਹੈਗੀ ਯਾਰ ਫਿਰ ਇਹ ਕਾਹ ਤੋਂ ਲੈ ਲਈ ਯਾਰ ਇਹ ਬਾਈ ਮੈਨੂੰ ਹੀ ਸੋਹਣੀ ਜ਼ਿਆਦਾ ਲੱਗਦੀ ਹੈ ਜਿਵੇਂ ਹੁਣ ਕਹਿ ਦਈਏ ਵੀ ਤੋਰਾ ਇਹਦਾ ਆਪਾਂ ਕਹਿ ਦਈਏ ਵੀ ਹੁਣ ਕਈਆਂ ਨੂੰ ਨਹੀਂ ਵੀ ਸੋਹਣੀ ਲੱਗਦੀ ਬਟ ਮੈਨੂੰ ਇਹ ਵਧੀਆ ਲੱਗਦੀ ਹੈ ਜਾਣੀ ਜਿਵੇਂ ਆਪਾਂ ਕਹਿ ਦਈਏ ਵੀ ਜੈਪਸੀ ਦਾ ਨਾ ਹੀ ਯਾਰ ਇਹਨਾਂ ਬੰਦੇ ਨੇ ਮੁੰਡੇ ਨੇ ਜੈਪਸੀ ਰੱਖੀ ਹੋਈ ਆ ਬਸ ਨਾ ਹੀ ਇਹਦਾ ਤਾਂ ਵਧੀਆ ਵਾ ਤੇ ਬਾਕੀ ਇੱਕ ਇਹ 'ਚ ਹੋਰ ਖਾਸੀਅਤ ਇਹ ਆ ਓਰੀਜਨਲ ਜੈਪਸੀ ਮਿਲਦੀ ਨਹੀਂ ਹੈਗੀ ਪਹਿਲੀ ਗੱਲ ਆ ਜੇ ਕੋਈ ਦਊਗਾ ਤਾਂ ਉਹ ਪੈਸੇ ਬਹੁਤ ਲੋੜੇ ਦੇ ਮੰਗ ਕੇ ਬਹਿ ਜੂਗਾ ਨਹੀਂ ਤਾਂ ਵੈਸੇ ਆ ਜਿਹੜਾ ਬਲੈਕ ਕਲਰ ਇਹ ਨਹੀਂ ਮਿਲਦਾ ਇਹ ਮਿਲਦਾ ਨਹੀਂ ਮੈਂ ਹਜੇ ਤੱਕ ਤੇਰੇ ਦੇਖਿਆ ਕੀ ਪਤਾ ਹੋਣਗੀਆਂ ਇਹ ਨਹੀਂ ਕਹਿੰਦਾ ਵੀ ਮੈਂ ਹੈ ਹੀ ਨਹੀਂ ਜੈਪਸੀ ਹੋਣਗੀਆਂ ਮਹਿੰਗੀ ਤੋਂ ਮਹਿੰਗੀ ਕਿੰਨੇ ਦੀ ਵਿਕਦੀ ਦੇਖ ਲਈ ਬਈ ਮੈਂ 7 ਲੱਖ ਤੱਕ ਵਿਕਦੀ ਦੇਖਿਓ ਵਾਈਟ ਕਲਰ 7 ਲੱਖ ਤੱਕ ਦੀ ਚਿੱਟੀ ਵਾਈਟ 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 ਵਿਕਦੀ ਸੀ ਉਹ ਸੀਗੀ ਕੁਛ 12 ਕੁ ਮਾਡਲ ਸੀ 12 ਦਾ ਖਨੀ 13 ਦੇ ਮਾਡਲ ਦੇ ਵਿੱਚ ਸੀ ਉਹ 7 ਲੱਖ ਦੀ ਵਿਕੀ ਸੀ ਤੇ ਯਾਰ ਜਿਹੜੇ ਆਹ ਵਾਲਾ ਰੰਗ ਆ ਆਪਣੇ ਕੋਲ ਤਾਂ ਕਾਲਾ ਹੈਗਾ ਹੈ ਇਹਦੇ ਨਾਲ ਦੀਆਂ ਹੋਰ ਪੰਜਾਬ 'ਚ ਕਿਹਦੇ ਕਿਹਦੇ ਕੋਲ ਹੈਗਾ ਪਤਾ ਇਹ 'ਚ ਬਈ ਇੱਕ ਤਾਂ ਇਹ ਹੋ ਗਈ ਇੱਕ ਬੱਬੂ ਮਾਨ ਬਾਈ ਹੋਣਾ ਕੋਲੇ ਅੱਛਾ ਚਿੱਟਾ ਚਾਦਰਾ ਜਿਪਸੀ ਹਾਂ ਉਹ ਕਾਲੀ ਉਹਨਾਂ ਕੋਲੇ ਰੀਜਨਲ ਹੈਗੀ ਆ ਤੇ ਇੱਕ ਬੰਦਾ ਬਾਈ ਹੋਰ ਆ ਮੇਰਾ ਫਰੈਂਡ ਆ ਮੋਹਾਲੀ ਦਾ ਉਹਦੇ ਕੋਲੇ ਇੱਕ ਇਹ ਹੈਗੀ ਅੱਛਾ ਇਹ ਤਿੰਨ ਮਤਲਬ ਇੱਕ ਤਾਂ ਬਾਈ ਕੋਲੇ ਹੈਗੀ ਇੱਕ ਆਪਣੇ ਵਾਲੀ ਹੋ ਗਈ ਇੱਕ ਮਾਲੀ ਮਤਲਬ ਮੈਂ ਤਿੰਨ ਇਹ ਦੇਖੇ ਰੋਡ ਤੇ ਤੁਰੀ ਜਾਂਦੀ ਕੋਈ ਹੱਥ ਦੇ ਕੇ ਕਹਿੰਦੇ ਨਹੀਂ ਕਿ ਜੱਟਾ ਵੇਚਣੀ ਹੂੰ ਬਹੁਤ 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 ਪੁੱਛਦੇ ਆ ਬਹੁਤ ਬਹੁਤ ਕੀ ਕਹਿੰਦੇ ਹੁੰਦੇ ਫਿਰ ਮੈਂ ਤਾਂ ਹੁਣ ਪਿੱਛੇ ਜੇ ਪਰਸੋਂ ਉੱਥੇ ਮੈਂ ਖੜਾ ਸੀ ਇੱਕ ਬੰਦਾ ਆਇਆ ਥਾਰ ਵਾਲਾ ਇੱਥੇ ਸ਼ਹਿਰ ਹੀ ਸੀ ਕਹਿੰਦਾ ਬਾਈ ਵੀ ਸੇਲ ਕਰਨੀ ਹੈ ਤੁਸੀਂ ਮੈਂ ਕਿਹਾ ਨਹੀਂ ਵੀ ਉਹਨੂੰ ਐਂ ਲੱਗਿਆ ਵੀ ਤਿਆਰ ਕੀਤੀ ਆ ਕਹਿੰਦਾ ਬਾਈ ਇਹ ਤਿਆਰ ਕਰਕੇ ਤੁਸੀਂ ਨਾ ਸੇਲ ਕਰਨੀ ਹੈ ਮੈਂ ਕਿਹਾ ਨਹੀਂ ਵੀ ਇਹ ਸੇਲ ਕਹਿੰਦਾ ਤਿਆਰ ਕਿੱਥੋਂ ਕਰੋ ਮੈਂ ਕਿਹਾ ਤਿਆਰ ਨਹੀਂ ਹੋਈ ਇਕੱਲੇ ਦੇ ਟਾਇਰ ਵਗੈਰਾ ਨਾ ਚੇਂਜ ਕੀਤੇ ਹੋਏ ਆ ਬਾਕੀ ਸਾਰੀ ਓਰੀਜਨਲ ਆ ਬਾਕੀ ਪਸੰਦ ਦਾ ਤੁਹਾਨੂੰ ਕੀ ਆ ਕਿ ਯਾਰ ਇਸ ਗੱਲੋਂ ਇਹ ਗੱਡੀ ਮੈਨੂੰ ਬਾਹਲੀਓ ਪਸੰਦ ਆ ਚਲਾਵੇ ਥਰੂ ਇਹਦਾ ਬਾਈ ਖਾਸੀਅਤ ਇਹ ਆ ਜਿਵੇਂ ਆਪਾਂ ਕਹਿੰਦੇ ਇੰਜਨ ਦਾ ਸਾਇਲੈਂਟ ਬਹੁਤ ਆ ਹਾਂ ਮੈਂ ਅੱਜ ਗੱਲ ਕਰਦੇ ਸੀ ਮੈਂ ਕਿਹਾ ਯਾਰ ਇਹਦੇ ਨਾਲ ਦੀ ਆਵਾਜ਼ ਹੀ ਨਹੀਂ ਸੁਣੀ ਇਹਦੇ ਗੇਅਰ ਗੂਰ ਸ਼ਿਫਟਿੰਗ 4x4 ਆ ਕਿਤੇ ਥੋੜਾ ਬਹੁਤਾ ਸਵਾਦ ਲੈਣਾ ਹੋਵੇ 4x4 ਲਾ ਕੇ ਤਾਂ ਉਹ ਸਾਰਾ ਸਵਾਦ ਦਿੰਦੀ ਆਪਾਂ ਅੱਛਾ ਪੈਟਰੋਲ ਇੰਜਨ ਆ ਬਾਕੀ ਪੈਟਰੋਲ ਇੰਜਨ ਤਾਂ ਮਰਦਾ ਹੀ ਨਹੀਂ 20 ਸਾਲ ਜਿੰਨਾ ਆਪਣੀਆਂ ਕਿੰਨੀਆਂ ਵਧੀਆ ਗੱਡੀਆਂ ਚੱਲਦੀਆਂ ਦੋ ਦੋ ਮਾਡਲ ਖਲਾਉਂਦੀ ਆ ਮਕੈਨਿਕ ਕੋਲ ਜਾ ਕੇ ਨਹੀਂ ਬਈ ਹੱਥ ਉੱਤੇ ਨੇ ਹਜੇ ਤਾਂ ਕੋਈ ਨਹੀਂ ਖਲਾਇਆ ਬਸ ਤੇਲ ਵਾਲੇ ਪਾਸੇ ਥੋੜਾ ਜਿਹਾ ਖੁੱਲਾ ਰੱਖਣਾ ਪੈਂਦਾ ਕਿੰਨੀ ਕੁ ਐਵਰੇਜ ਆ ਅੰਦਾਜ਼ਾ ਐਵਰੇਜ ਬਾਈ ਇਹ ਜਾਨੀ ਪ੍ਰੋਪਰ ਤਾਂ ਨਹੀਂ ਗੱਡੀ ਹੈਗੀ ਬਸ ਤੱਕ ਜੇ ਨਾਲ ਲਾਈ ਆ ਵੀ 8 ਕ ਦੀ ਐਵਰੇਜ ਦਿੰਦੀ 8 ਕ ਦੀ ਐਵਰੇਜ ਹੈਗੀ ਤੱਕ ਜੀ ਲਾਈ ਆ ਇਹ 9 ਦੀ ਹੋ ਸਕਦੀ ਹੈ ਜਾਂ 7 ਦੀ ਵੀ ਹੋ ਸਕਦੀ ਆ ਬਸ ਮੇਰੇ ਹਿਸਾਬ ਨਾਲ 8 ਕ ਦੀ ਐਵਰੇਜ ਦਿੰਦੀ ਆ 4x4 ਲਾ ਕੇ ਤਾਂ ਇਹ ਬਸ ਖਤਮ ਹੀ ਹੋ ਜਾਂਦਾ ਫਿਰ ਐਵਰੇਜ ਤਾਂ ਇਹ ਕਿੱਥੇ ਦੇਣੀ ਤੇ ਚਲਾਉਂਦੀ ਲੋਕਲ ਹੋ ਕੇ ਰੋਡ ਤੇ ਜ਼ਿਆਦਾ ਬਈ ਹਾਈਵੇ ਤੇ ਚੱਲਦੀ ਬਈ ਮੈਨੂੰ ਲੱਦਣੇ ਲੱਦਣੇ ਐਨ ਗੇੜਾ ਗੁੜਾ ਜਦੋਂ ਦੇਣ ਜਾਣਾ ਨਾ ਮੈਨੂੰ ਇਹਦੇ ਤੇ ਜਾਣਾ ਨਾ ਲੱਦਣੇ ਸ਼ਾਮ ਨੂੰ ਟੌਪ ਵਾਲੀ ਹੈ ਨਹੀਂ ਇਹ ਕਿਉਂਕਿ ਇਹ ਚ ਕਿਉਂਕਿ ਰੀਜਨਲ ਲਿਖੀ ਹੋਈ ਹੈ ਏਸੀ ਹੈ ਨਹੀਂ ਇਹਦੇ ਚ ਉਹ ਸ਼ਾਮ ਨੂੰ ਜਿਵੇਂ ਠੰਡ ਚ ਮੈਂ ਬਹੁਤ ਚਲਾਉਣਾ ਵਾ ਵੈਸੇ ਹੈ ਤਾਂ ਇਹ ਉਹਦਾ ਜੀਪ ਕੈਟਾਗਰੀ ਦੀ ਗੱਡੀ ਹੈ ਜੀਪ ਚ ਭਜਾ ਕੇ ਕਿੰਨੀ ਦੇਖ ਲਈ ਕਿੰਨੀ ਦੌੜਦੀ ਹੈ ਭਜਾ ਤੇ ਭਜਾ ਕੇ ਬਈ ਇਹ ਜਿਵੇਂ ਹੁਣ 120 ਤੱਕ ਤਾਂ 30 ਤੱਕ ਤਾਂ ਲਾਈ ਹੋਈ ਹੈ ਕਿਉਂਕਿ ਇਹ ਜ਼ਿਆਦਾ ਤਾਂ ਨਹੀਂ ਭਜਾਉਂਦਾ ਕਿਉਂਕਿ ਇਹਦੇ ਟਾਇਰ ਚੌੜੇ ਪਏਗਾ ਤਾਂ ਉਹ ਥੋੜਾ ਜਿਹਾ ਆਪਾਂ ਕਹਿ ਦਈਏ ਵੀ ਛੋਟੀ ਗੱਡੀ ਹੈ ਟਾਇਰ ਜ਼ਿਆਦਾ ਚੌੜੇ ਆ ਤਾਂ ਉਹ ਅਨਬੈਲੈਂਸ ਜਿਹਾ ਥੋੜਾ ਕਰਦੀ ਥੋੜਾ ਕਰਦੀ ਹੈ ਕਿ ਇਹਦੇ ਭਾਈ ਤਾਂ ਜਾਊਗੀ 130 ਤੱਕ ਤਾਂ ਮੈਂ ਲਈ ਹੋਈ ਆ ਉਸ ਤੋਂ ਉੱਤੇ ਥੋੜਾ ਆਪ ਨੂੰ ਡਰ ਲੱਗਦਾ ਵੀ ਰੁਕੂਗੀ ਜਾਂ ਕੀ ਹੋ ਜਾਊਗਾ ਟਾਇਰ ਕਿਉਂਕਿ ਕਮਾਣੀ ਆ ਇਹ ਥੋੜਾ ਚੱਕ ਕੇ ਮਾਰਦੀ ਹੈ ਇਹ ਸ਼ੋਕਰ ਸ਼ੁਕਰ ਹੈ ਨਹੀਂ ਇਹਦੇ 'ਚ ਇਹਦਾ ਕਲੰਬਾ ਸਾਰਿਆਂ ਨੂੰ ਹੁੰਦਾ ਯਾਰ ਬੁੜਕਦੀ ਸਭ ਤੋਂ ਲੰਬਾ ਇਹੀ ਆ ਵੀ ਨਵਾਂ ਬੰਦਾ ਬਹਿ ਜੇ ਟੋਏ ਤੋਂ ਵਿੱਚ ਕੱਢੇ ਉਹ ਥੋੜਾ ਚੱਕ ਕੇ ਮਾਰ ਦੇ ਲੱਗਦਾ ਯਾਰ ਇਹ ਫੜਟ ਪਾਉਂਦੀ ਆ ਕੋਈ ਪ੍ਰੋਬਲਮ ਹੈ ਕਿਉਂਕਿ ਕਮਾਣੀਆਂ ਜਿਹੜੇ ਪਹਿਲਾਂ ਚਲਾਈਆਂ ਹੋਈਆਂ ਕਮਾਣੀਆਂ ਗੱਡੀਆਂ ਉਹਨਾਂ ਨੂੰ ਤਾਂ ਪਤਾ ਇਹ ਨਾ ਕੰਪਨੀ ਤੋਂ ਪਾਵਰ ਸਟੀਅਰਿੰਗ ਤਾਂ ਆਉਂਦੀ ਨਹੀਂ ਸੀਗੀ ਫਿਰ ਐਡੇ ਟਾਇਰਾਂ ਨਾਲ ਚੱਲਦੀ ਕਿ ਇਹ 'ਚ ਬਈ ਇਕੱਲਾ ਇੱਕ ਆਪਾਂ ਪਾਵਰ ਹੀ ਲਵਾਇਆ ਹੋਇਆ ਵਾ ਕਿਉਂਕਿ ਕੀ ਹੁੰਦਾ ਸੀਗਾ ਇਹ ਜਿਵੇਂ ਆਪਾਂ ਪੁਰਾਣਾ ਟਰੱਕ ਚਲਾ ਲਈ ਆਪਣੇ ਪਹਿਲਾਂ ਟਰੱਕਾਂ ਦਾ ਕੰਮ ਹੁੰਦਾ ਸੀ ਟਰੱਕ ਹੁਣ ਵੀ ਹੈਗਾ ਟਰੱਕ ਚਲਾ ਲਿਆ ਤਾਂ ਇਹ ਚਲਾ ਲਿਆ ਜਿਵੇਂ 2 ਟਰੱਕਾਂ ਦੇ ਬਰਾਬਰ ਇਹਦਾ ਸਟੀਅਰਿੰਗ ਇੰਨਾ ਜ਼ੋਰ ਲੱਗਦਾ ਹੈ ਇੰਨਾ ਜ਼ਿਆਦਾ ਹੈਵੀ ਹੋ ਗਿਆ ਕਿਉਂ ਦੋਨਾਂ ਹੱਥਾਂ ਨਾਲ ਖਿੱਚ ਕੇ ਮੋੜਨੀ ਪੈਂਦੀ ਆ ਆ ਚੀਜ਼ਾਂ ਬੰਦੇ ਦੀਆਂ ਬਸ ਹੋ ਜਾਂਦੀਆਂ ਇਹ ਕਿਉਂਕਿ ਜਿਹਨੂੰ ਹੱਥ ਪੈਂਦੇ ਉਹਨੂੰ ਕੋਈ ਔਖਾ ਨਹੀਂ ਲੱਗਦਾ ਨਵੇਂ ਬੰਦੇ ਲਈ ਬਟ ਇਹ ਬਹੁਤ ਔਖਾ ਸੀ ਵੀ ਹਾਂ ਸਟੀਅਰਿੰਗ ਐਂ ਮੋੜਨਾ ਯਾਰ 295 ਉਹੀ ਨਹੀਂ ਮੁੜਦਾ ਇਕੱਲਾ ਪਾਵਰ ਲਵਾਇਆ ਕਿਉਂਕਿ ਬੰਦਾ ਕੀ ਆ ਜਿਵੇਂ ਨਵੇਂ ਬੰਦੇ ਨੇ ਚਲਾਉਣਾ ਸੌਖਾ ਹੋ ਜਾਂਦਾ ਤੇ ਯਾਰ ਇੱਕ 295 ਟਾਇਰ ਤਾਂ ਪਾਇਆ ਪਰ ਟਾਇਰ ਵੀ ਉਹ ਆ ਜਿਹੜਾ ਇੱਥੇ ਨਹੀਂ ਮਿਲਣਾ ਹੈ ਇਹ ਕੀ ਆਈ ਜਰਾ ਦਿਖਾਈ ਨੇੜੇ ਆ ਕੇ ਇਹ ਬਾਈ ਉਦੋਂ ਮਤਲਬ ਹੈ ਨਾ USA ਤੋਂ ਮੰਗਾ ਕੇ ਇਹਦਾ ਟਾਇਰ ਪਾਏ ਸੀਗੇ
ਹੁਣ ਕੀ ਹੋ ਗਿਆ ਇਹਦੇ ਟਾਇਰ ਥੋੜੇ ਥੋੜੇ ਜਿਵੇਂ ਹਾਰਡ ਹੋ ਚੱਲੇ ਬਟ ਹੈ ਵਧੀਆ ਹਾਲਤ ਜਾ ਵਧੀਆ ਚੱਲਦੇ ਆਏ ਨੀ ਕਿ ਇਹਨੂੰ ਬਦਲਾਂਗੇ ਅਸੀਂ ਮੈਨੂੰ ਬੜੇ ਸੋਹਣੇ ਲੱਗਦੇ ਆ ਜਿਹਨੂੰ ਚਲਾਵਾਂਗੇ ਥੋੜੇ ਜਿਹੇ ਹਾਰਡ ਹੋ ਗਏ ਬਸ ਇਹ ਥੋੜਾ ਜਿਹਾ ਆਪਾਂ ਕਹਿ ਦਈਏ ਵੀ ਪੁਰਾਣੇ ਹੋਣ ਕਰਕੇ ਰਬੜ ਆ ਜਿਹੜੀ ਥੋੜੀ ਹਾਰਡ ਹੋ ਜਾਂਦੀ ਤੇ ਜਿਵੇਂ ਯਾਰ ਇਹ ਆ ਨਾ ਇਹਦੇ ਬਰਾਬਰ ਦੀ ਗੱਡੀ ਆਪਾਂ ਕਹੀ ਤੇ ਕਿ ਯਾਰ ਥਾਰ ਇਹਦੇ ਨਾਲ ਖੜੀ ਕਰ ਦਈਏ ਦੋਨਾਂ 'ਚ ਫਰਕ ਕੀ ਲੱਗਦਾ ਥਾਰ ਬਾਈ ਹੁਣ ਜਿਵੇਂ ਆਪਾਂ ਕਹਿ ਦਈਏ ਵੀ ਉਹ ਕਾਰ ਟਾਈਪ 'ਚ ਹੈਗੀ ਪੈਸੇ ਵੀ ਲੋੜੇ ਦੇ ਲਾ ਲੈਂਦੀ ਲੋੜੇ ਦੇ ਲੈ ਜਾਂਦੀ ਆ ਥਾਰ ਆ ਜਿਹੜੀ ਉਹ ਕਾਰ ਟਾਈਪ 'ਚ ਹੈਗੀ ਹੈ ਉਹ ਵੀ ਸ਼ੌਂਕ ਮੁੰਡੇ ਵਾਲਾ ਵਧੀਆ ਗੱਡੀ ਆ ਮੇਰਾ ਵੀ ਇਰਾਦਾ ਬਣਦਾ ਵੀ ਸ਼ਾਇਦ ਮੈਂ ਲੈ ਕੇ ਆਵਾਂ ਪੱਕਾ ਨਹੀਂ ਹੈਗਾ ਬੜਾ ਜੀ ਕਰਦਾ ਵਾ ਕਿਉਂਕਿ ਕੀ ਆ ਇਹ ਵੀ ਕਾਲੀ ਫਿਰ ਥਾਰ ਵੀ ਕਾਲੀ ਦੋਨਾਂ ਦਾ ਕੰਬੀਨੇਸ਼ਨ ਵਧੀਆ ਜਿਹਾ ਹੋ ਜੂ ਇਹ 'ਚ ਬਸ ਇੱਕ ਇਹੀ ਮੈਨੂੰ ਪ੍ਰੋਬਲਮ ਲੱਗਦੀ ਆ ਵੀ ਯਾਂਸੀ ਨੂੰ ਇਹ 'ਚ ਏ ਸੀ ਦੇਣਾ ਚਾਹੀਦਾ ਸੀ ਕਿਉਂਕਿ 10 ਮਾਡਲ ਆ 2004-05 'ਚ ਏ ਸੀ ਜਿੰਨਾ ਜਿਹਨਾਂ ਨੂੰ ਆਉਣ ਲੱਗ ਗਿਆ ਸੀ ਤਾਂ ਏ ਸੀ ਦੇਣਾ ਚਾਹੀਦਾ ਸੀ ਜੇ ਆਪਾਂ ਬਾਹਰੋਂ ਲਵਾਉਂਦੇ ਏ ਸੀ ਇਹਦੇ ਵਿੱਚ ਕੀ ਫਰਕ ਪੈਂਦਾ ਬਾਹਰੋਂ ਬਈ ਲੱਗ ਤਾਂ ਜਾਂਦਾ ਵਾ ਕਿਉਂਕਿ ਇਹ ਪੈਟਰੋਲ ਇੰਜਨ ਹੁਣ ਜਿਵੇਂ ਐਗਜ਼ਾਮਪਲ ਇਹ 8 ਦੀ ਐਵਰੇਜ ਦਿੰਦਾ ਜੇ ਆਪਾਂ ਏ ਸੀ ਲਵਾ ਲਿਆ ਇੱਕ ਤਾਂ ਲੋਡ ਬਾਹਲਾ ਜ਼ਿਆਦਾ ਲੈ ਜੂ ਅਤੇ ਦੂਸਰੀ ਦੀ ਐਵਰੇਜ ਹੋਰ ਜ਼ਿਆਦਾ ਘੱਟ ਚਲੋ ਐਵਰੇਜ ਤਾਂ ਆਪਾਂ ਨੂੰ ਕੋਈ ਨਹੀਂ 8 ਦੀ ਆ ਜਿੱਥੇ 5 ਦੀ ਦੇ ਜੂਗੀ ਬਟ ਥੋੜ੍ਹਾ ਲੋਡ ਮੰਨਣ ਲੱਗ ਜੂਗੀ ਤਾਂ ਮੈਂ ਕਹਿੰਦਾ ਵੀ ਇਹ ਓਰੀਜਨਲ ਆ ਜਿਵੇਂ ਇੰਜਣ ਆ ਜਿਹੜੇ ਤਾਂ ਜਮਾਂ ਖੁਸ਼ਕ ਪਿਆ ਵਾ ਕੋਈ ਛੇੜ ਛਾੜ ਨਹੀਂ ਮੈਂ ਕਹਿੰਦਾ ਵੀ ਇਹਨੂੰ ਐਂ ਹੀ ਰੱਖੀਏ ਉਹ ਜਿਹੜੀ ਇੱਕ ਜਿਮਨੀ ਆ ਗਈ ਯਾਰ ਇਹਦੇ ਉਹ ਵੀ ਹੁਣ ਇਹਦੀ ਕਹਿੰਦੀ ਭੈਣ ਹੀ ਆਉਣ ਵਾਲੀ ਇਹਦੀ ਭੈਣ ਆ ਬਾਈ ਬਸ ਉਹ 'ਚ ਬਾਡੀ ਲਾ ਕੇ ਥੋੜ੍ਹਾ ਜਿਹਾ ਉਹ 'ਚ ਜਿਵੇਂ ਸ਼ੋਕਰ ਸਿਸਟਮ ਕਰਤੇ ਕੁਛ ਸਸਪੈਂਸ਼ਨ ਵੀ ਵਧੀਆ ਕਰਤੀ ਸੀ ਕਰਤਾ ਬਸ ਉਹ ਇਹਦੀ ਵੀ ਮਤਲਬ ਆਪਾਂ ਕਹਿ ਦਈਏ ਵੀ ਨਵਾਂ ਵਰਜ਼ਨ ਆ ਗਿਆ ਜੀਨਸ ਕਹਿ ਦਈਏ ਗਾਂ ਤੁਰ ਪਏ ਹੈ ਤੇ ਬਾਕੀ ਬਾਹਰੋਂ ਤਾਂ ਗੱਡੀ ਓਰੀਜਨਲ ਆ ਜੇ ਅੰਦਰੋਂ ਦਿਖਾ ਦਈਏ ਵੀ ਕੀ ਹੋਏ ਅੰਦਰ ਆ ਕੇ ਦਿਖਾਈ ਮਿੱਤਰਾ ਅੰਦਰੋਂ ਗੱਡੀ ਤੇ ਬਹੁਤ ਕੁਝ ਕਰ ਲਿਆ ਹੈ ਅੰਦਰੋਂ ਇੱਕ ਤਾਂ ਵੀਰੇ ਇਹਦਾ ਮਤਲਬ ਜਿਹੜਾ ਡੈਸ਼ਬੋਰਡ ਹੈ ਇਹ ਮੋਡੀਫਾਈ ਕੀਤਾ ਹੋਇਆ ਤੇ ਦੂਸਰੀਆਂ ਦੀਆਂ ਸੀਟਾਂ ਬਦਲੀਆਂ ਹੋਈਆਂ ਸੀਟਾਂ ਤਾਂ ਬਦਲੀਆਂ ਹੋਈਆਂ ਕਿਉਂਕਿ ਜਿਹੜੀਆਂ ਇਹਦੀਆਂ ਓਰੀਜਨਲ ਸੀਟਾਂ ਹੁੰਦੀਆਂ ਵਾ ਉਹ 'ਚ ਜ਼ਿਆਦਾ ਜਿਹੜਾ ਆਪਾਂ ਕਹਿੰਦੇ ਸੋਫਾ ਜਿਹਾ ਵਾਲਾ ਫੀਲਿੰਗ ਨਹੀਂ ਹੈਗੀ ਉਹ ਬਹੁਤ ਹਾਰਡ ਹੁੰਦੀਆਂ ਪਤਲੀਆਂ ਜਿਹੀਆਂ ਹੁੰਦੀਆਂ ਤਾਂ ਇਹ 'ਚ ਵਰਨ ਵਾਲੀਆਂ ਸੀਟਾਂ ਲੱਗੀਆਂ ਹੋਈਆਂ ਵਾ ਤੇ ਥੋੜ੍ਹਾ ਜਿਹਾ ਕਲਰ ਦੀ ਵਗੈਰਾ ਮੋਡੀਫਿਕੇਸ਼ਨ ਹੋਈ ਅੱਛਾ ਬਸ ਹੋਰ ਇਹ 'ਚ ਅੰਦਰ ਕੋਈ ਛੇੜਛਾੜ ਨਹੀਂ ਇੱਕ ਆਪਾਂ ਵਧੀਆ ਸਿਸਟਮ ਲਗਾਇਆ ਹੋਇਆ ਵਾ ਡੈਸ਼ਬੋਰਡ ਦਾ ਰੰਗ ਆ ਇਹ ਕਰਵਾਇਆ ਵਾ ਇਹ ਆਪ ਕਰਾਇਆ ਨਾ ਇਹ ਜਿਹੜਾ ਡੈਸ਼ਬੋਰਡ ਦਾ ਹੋ ਗਿਆ ਤੇ ਦੂਸਰਾ ਆਹ ਵਾਲਾ ਇਹ ਮੋਡੀਫਾਈ ਕਰਾਇਆ ਅੱਛਾ ਇਹ ਆਪ ਕਰਾ ਲਿਆ ਹੈ ਇਹ ਕਰਵਾਇਆ ਤੇ ਇਹਦੇ ਕਿੰਨਾ ਖਰਚਾ ਆ ਗਿਆ ਹੋਊਗਾ ਉਦੋਂ ਕਰਾ ਕੇ ਇਹਦੇ ਉੱਤੇ ਬਾਈ ਕਿਉਂਕਿ ਕੀ ਹੈ ਜਦੋਂ ਆਪਾਂ ਜੀਤੋਂ ਲਈ ਸੀ ਮਦਦ ਉਹ ਨਹੀਂ ਕਰਾਇਆ ਸੀਗਾ ਉਹ ਕਹਿੰਦਾ ਸੀਗਾ ਵੀ ਜਦੋਂ ਮੈਂ ਇਹਦੇ ਤੇ ਲਿਆ ਕੇ ਜਿਵੇਂ 1.25 ਲੱਖ ਰੁਪਏ ਉਹਨੇ ਖਰਚਿਆ ਸੀ ਅੱਛਾ ਹਾਂ ਸਾਰੀ ਦੇ ਤੇ ਲਿਆ ਕੇ ਜਦੋਂ ਉਹਨੇ ਲਿਆਂਦੀ ਸੀ ਆਪਦੇ ਪੱਲਿਓਂ ਲਾ ਲਿਆ ਹੈ ਹੁਣ ਜਿਹੜੇ ਬੰਦੇ ਲਿਆਂਦੀ ਉਹ ਵੇਚਦਾ ਨਹੀਂ ਸੀ ਬੜੇ ਧੱਕੇ ਨਾਲ ਲਿਆਂਦੀ ਆ ਤੇ ਹੁਣ ਇਹਦਾ ਆਪਾਂ ਪ੍ਰਾਈਸ ਚਲੋ ਆਪਾਂ ਵੀਡੀਓ 'ਚ ਨਹੀਂ ਦੱਸਣਾ ਜੇ ਦੱਸਤਾ ਤਾਂ ਕਾਫੀ ਜਣਿਆਂ ਨੇ ਕਹਿਣਾ ਵੀ ਇੰਨੇ 'ਚ ਅਸੀਂ 2 ਲਿਆਉਣੀ 3 ਲਿਆਉਣੀ ਸੀ ਮੈਂ ਇਹਦਾ ਪ੍ਰਾਈਸ ਦੱਸਣਾ ਹੀ ਨਹੀਂ ਮੈਂ ਕਿਹਾ ਯਾਰ ਬਸ ਲਿਆਂਦੀ ਹੁਣ ਮੈਨੂੰ ਬਹੁਤ ਪ੍ਰਾਈਸ ਪੁੱਛਦਾ ਪ੍ਰਾਈਸ ਆਪਾਂ ਦੱਸਣਾ ਹੀ ਇਹਦਾ ਕਿਉਂਕਿ ਜੇ ਮੈਂ ਦੱਸਤਾ ਤਾਂ ਥੱਲੇ ਕਮੈਂਟ ਵਾਲਿਆਂ ਨੇ ਛੱਡਣਾ ਨਹੀਂ ਵੀ ਇਹਨੇ ਦੀਆਂ 3 ਸੀ ਲਿਆਉਣੀ ਸੀ 4 ਲਿਆਉਣੀ ਯਾਰ ਕਿਉਂਕਿ ਬਾਈ ਆਪਣੇ ਤਾਂ ਇੰਸਟਾਗ੍ਰਾਮ ਤੇ ਪੇਜ ਆ ਕਮੈਂਟਾਂ ਨਾਲ ਰੋਜ਼ ਵਾਹ ਪੈਂਦਾ ਹੈ ਸਹੀ ਗੱਲ ਹੈ ਬਾਈ ਕੋਈ ਨਾ ਕੋਈ ਉੱਠੇ ਹੀ ਰਹਿੰਦਾ ਯਾਰ ਇੱਕ ਨਾ ਇਸ ਗੱਡੀ ਨੂੰ ਲੈ ਕੇ ਹੋਰ ਲਾਂਬਾ ਹੁੰਦਾ ਬੰਦਿਆਂ ਦਾ ਕਿ ਯਾਰ ਬਾਈ ਇਹਦਾ ਸਮਾਨ ਮਿਲਦਾ ਨਹੀਂ ਜੇ ਮਿਲਦਾ ਤਾਂ ਮਹਿੰਗਾ ਮਿਲਦਾ ਹੈ ਉੱਤੋਂ ਮਿਲਦਾ ਔਖਾ ਆ ਹੈ ਇਦਾਂ ਸੱਚੀ ਇਹ ਤਾਂ ਬਾਈ ਜਿਵੇਂ ਹੁਣ ਇਹ ਜਿਹੜਾ ਜ਼ਿਆਦਾ ਪ੍ਰੋਬਲਮ ਨਹੀਂ ਦਿੱਤੀ ਨਹੀਂ ਹੈਗੀ ਹਜੇ ਤੱਕ ਤਾਂ ਚਲੋ ਵਧੀਆ ਚੱਲੀ ਜਾਂਦੀ ਆ ਅੱਗੇ ਹੁਣ ਕੋਈ ਪਤਾ ਨਹੀਂ ਕਿਉਂਕਿ ਆਪੇ ਤਾਂ ਕੋਈ ਸਮਾਨ ਬੜਾ ਬਦਲਾਇਆ ਨਹੀਂ ਬਸ ਇਹਦੀ ਇਕੱਲੀ ਸਰਵਿਸ ਹੁੰਦੀ ਆ ਸਰਵਿਸ ਆਪਾਂ ਕਰਾ ਕੇ ਉਹਦੇ 'ਚ ਕੋਈ ਡੱਕਾ ਨਹੀਂ ਕਰਾਇਆ ਆਪਾਂ ਅਜੇ ਤੱਕ ਵੀ ਕੋਈ ਇੰਜਣ ਦਾ ਕੁਛ ਹੋਜੇ ਕੁਛ ਬਸ ਚੱਲੀ ਜਾਂਦੀ ਆ ਬਸ ਇਹ ਚਾਹੇ ਵੀ ਸਰ ਟਾਈਮ ਸਿਰ ਜਿਵੇਂ ਆਪਾਂ ਕਹਿ ਦਈਏ ਸਰਵਿਸ ਟਾਈਮ ਤੋਂ ਥੋੜ੍ਹਾ ਜਿਹਾ 1000 ਕਿਲੋਮੀਟਰ ਮੈਂ ਪਹਿਲਾਂ ਕਰਾ ਦਿੰਦਾ ਹਾਂ ਬਸ ਇਹ ਚੀਜ਼ ਦਾ ਧਿਆਨ ਹਰੇਕ ਗੱਡੀ ਮੈਂ 1000 ਕਿਲੋਮੀਟਰ ਪਹਿਲਾਂ ਸਰਵਿਸ ਕਰਾ ਦਿੰਦਾ ਤੇ ਇੱਕ ਇਹਦਾ ਫਿਲਟਰ ਫੁਲਟਰ ਸਾਫ਼ ਕਰਾਉਂਦਾ ਰਹੇ ਇਹ ਕਿਤੇ ਨਹੀਂ ਜਾਂਦਾ ਪੈਟਰੋਲ ਇੰਜਣ ਤਾਂ ਜਿਹੜਾ ਮਰੂਤੀ ਦਾ ਬਹੁਤ ਜ਼ਿਆਦਾ ਕਾਮਯਾਬ ਮੰਨਿਆ ਗਿਆ ਤਾਂ ਹੀ ਜਿਹੜਾ ਹੁਣ ਪੈਟਰੋਲ ਇੰਜਣ ਟੋਇਟਾ ਨਾਲ ਟਾਈ ਅਪ ਕੀਤਾ ਟੋਇਟਾ ਨੇ ਤਾਂ ਹੀ ਕੀਤਾ ਵੀ ਮਰੂਤੀ ਦਾ ਪੈਟਰੋਲ ਇੰਜਣ ਕਾਮਯਾਬ ਜਿਵੇਂ ਯੈਨ ਦਾ ਲਾ ਲਈਏ ਤਾਂ 20 ਸਾਲ ਪੁਰਾਣਾ ਇੰਜਣ ਵੀ ਅੱਜ ਕੱਲ੍ਹ ਚੱਲਦਾ ਹਾਂ ਤਾਂ ਇਹਨੂੰ ਤਾਂ ਚਲੋ ਹੋਏ 13-14 ਸਾਲ ਆ ਤਾਂ ਯਾਰ ਇੱਕ ਯਾਰ ਇੱਕ ਹੋਰ ਚੀਜ਼ ਕਰਦੀ ਜੀ ਇੰਜਣ ਦੀ ਗੱਲ ਕਰਦੀ ਆ ਇਹਦਾ ਇੰਜਣ ਇੱਕ ਵਾਰੀ ਬੋਨਟ ਚੱਕ ਕੇ ਦਿਖਾ ਦਈਏ ਆਪਾਂ ਹਾਂਜੀ ਹਾਂਜੀ ਨਾਲੇ ਉਹ ਵੀ ਇੱਕ ਜਿਹੜੇ ਬੰਦਿਆਂ ਨੇ ਪਹਿਲਾਂ ਜਿਪਸੀ ਨਹੀਂ ਰੱਖੀ ਜਾਂ ਜਿਨ੍ਹਾਂ ਨੂੰ ਪਤਾ ਨਹੀਂ ਮਤਲਬ ਇਹਦਾ ਬੋਨਟ ਉਧਰੋਂ ਨਹੀਂ ਇਧਰੋਂ ਖੁੱਲਦਾ ਆ ਹੈ ਨਵੇਂ ਬੰਦਾ ਪਹਿਲਾਂ ਥੋੜਾ ਉਧਰ ਤੇ ਆਂਦਾ ਇੱਥੇ ਤੱਕ ਕਲਚ ਹੁੰਦਾ ਦਿਖਾਈ ਕਿ ਪਹਿਲਾਂ ਤੁਹਾਨੂੰ ਗਲਾਸ ਬਾਕਸ ਖੋਲਣਾ ਪੈਂਦਾ ਉੱਥੋਂ ਕੀਲੀ ਖਿੱਚਦੇ ਆ ਕਾਪੀ ਕੂਪੀ ਰੱਖਣੀ ਹੁੰਦੀ ਇੱਥੇ ਇਹਦਾ ਕਲਚ ਹੁੰਦਾ ਵਾ ਫਿਰ ਇਹ ਚ ਦੂਸਰਾ ਬੰਦਾ ਇਹ ਲੱਭਦਾ ਵਾ ਕਿਉਂਕਿ ਕਿੱਲੀ ਲੱਭਦਾ ਇਹਨੂੰ ਜਿਹੜਾ ਆਪਣਾ ਆ ਹੁੰਦਾ ਹਾਂ ਬਟ ਇਹਨੂੰ ਉੱਤੇ ਰਬੜਾਂ ਦੇ ਰੱਖਣਾ ਪੈਂਦਾ ਉੱਪਰ ਜਿਵੇਂ ਜੀਪਾਂ ਦੇ ਵਿੱਚ ਰਬੜਾਂ ਦਿੰਨੇ ਆ ਨਾ ਇਹ ਐ ਲੱਗ ਜਾਂਦਾ ਪਿੱਛੇ ਸਾਰਾ ਸਾਰਾ ਖੁਸ਼ ਕੀ ਨਾ ਮਿੱਟੀ ਮੁੱਟੀ ਪਈ ਆ ਕਿਉਂਕਿ ਕੀ ਆ ਮੈਂ ਇੰਜਣ ਥੋੜਾ ਘੱਟ ਪਾਣੀ ਮਰਵਾ ਕੇ ਰਾਜੀ ਆ ਕਿ ਜਿਵੇਂ ਆਪਣੇ ਕਾਰ ਵਾਸ਼ ਵਾਲੇ ਤੋਂ ਦਿੰਦੇ ਮੈਂ ਥੋੜਾ ਕਦੇ ਕਦੇ ਮਰਾਉਣਾ 2-4 ਮਹੀਨੇ ਬਾਅਦ 6 ਮਹੀਨੇ ਬਾਅਦ ਮਰਾ ਲਿਆ ਤਾਂ ਕੀ ਕਹਿਣਾ ਸਾਰਾ ਖੁਸ਼ ਕੀ ਇੰਜਣ ਓਰੀਜਨਲ ਸਾਰਾ ਇਹਦਾ ਜਿਹੜਾ ਹੋਰ ਖਾਸੀਅਤ ਇਹ ਚ ਦੂਜੀ ਇਹ ਆ 14 ਸਾਲ ਹੋ ਗਏ ਇਹਨੂੰ ਇਹ ਓਰੀਜਨਲ 60,000 ਚੱਲੀ ਹੋਈ ਆ ਹੈ ਬਸ ਓਰੀਜਨਲ 60,000 ਜੋ ਮੀਟਰ ਤੇ ਉਹ ਸਾਰਾ ਓਰੀਜਨਲ ਆ ਕਿਉਂਕਿ ਕੀ ਇਹਦੇ ਨਾਲ ਕੋਈ ਛੇੜਛਾੜ ਨਹੀਂ ਕੀਤੀ ਹੋਈ ਤੇ ਮਤਲਬ ਕਹਿੰਦੀ ਚੰਗੀ ਤਰ੍ਹਾਂ ਹੱਥ
ਵੀ ਮੇਰਾ ਸੀਟਾਂ ਲਵਾਉਣ ਦਾ ਪਿੱਛੇ ਮਨ ਨਹੀਂ ਕਰਦਾ ਹੈਗਾ ਤਾਂ ਇਹ 'ਚ ਦੋ ਬੰਦੇ ਜਾਂਦੇ ਆ। ਕਈ ਵਾਰ ਜਿਵੇਂ ਕਿਤੇ ਗਏ ਹੋਈਏ ਤਾਂ ਦੋ ਤੋਂ ਜ਼ਿਆਦਾ ਬੱਸ ਦਾ ਰੋਗ ਹੈ। ਯਾਰ ਮੈਂ ਨਾ ਇੱਕ ਜਦੋਂ ਮੇਰੇ ਕੋਲ ਜਿਪਸੀ ਹੁੰਦੀ ਸੀਗੀ ਮੈਂ ਇੱਕ ਚੀਜ਼ ਉਹਦੀ ਨੋਟ ਕਰਕੇ ਦੇਖੀ, ਜਦੋਂ ਬਾਹਲੀ ਭਜਾਉਂਦੇ ਹਾਂ ਧੱਕਾ ਜ਼ਿਆਦਾ ਕਰਦੇ ਹਾਂ ਤਾਂ ਯਾਰ ਪੱਖਾ ਰਾਟ ਬਹੁਤ ਪਾਉਂਦਾ, ਗੂੰ ਗੂੰ ਦੀਆਂ ਆਵਾਜ਼ਾਂ ਆਉਂਦੀਆਂ 'ਚ ਨਹੀਂ ਕਦੀ ਆਈ ਇਹ 'ਚ ਕੁਛ ਨਹੀਂ ਆਉਂਦਾ ਵੀਰੇ, ਸਾਰਾ ਰੀਜਨ ਕਿਉਂਕਿ ਇਹਦੇ ਨਾਲ ਆਪਾਂ ਕੋਈ ਛੇੜਛਾੜ ਨਹੀਂ ਕੀਤੀ, ਸਾਰਾ ਜਿੱਥੇ ਹੈਗਾ ਉਵੇਂ ਹੀ ਆ। ਬਸ ਆਪਾਂ ਇਹਦਾ ਇਕੱਲਾ ਪਾਵਰ ਲਵਾਇਆ ਸੀ, ਉਹ ਵੀ ਬਹੁਤ ਵਧੀਆ ਮਕੈਨਿਕ ਲਾਇਆ। ਕਦੀ ਓਵਰਹੀਟ ਹੋਈ ਆ ਜਿੱਦਾਂ ਕਿ ਆਪਣੇ ਕੋਲ? ਨਹੀਂ ਨਹੀਂ ਵੀਰੇ, ਕੋਈ ਓਵਰ ਆਪਰੇਟ ਕੁਛ ਨਹੀਂ ਹੋਇਆ। ਜਦੋਂ ਆਪਾਂ ਹੋਈ ਨਾ ਜਿਵੇਂ ਹੁਣ ਇਹ 'ਚ ਆਪਾਂ ਏਸੀ ਲਵਾ ਲਈਏ, ਫਿਰ ਇੰਜਣ ਦੇ ਹੁਣ ਪਾਵਰ ਦਾ ਵੀ ਲੋਡ ਪੈ ਗਿਆ, ਏਸੀ ਦਾ ਵੀ ਲੋਡ ਪੈ ਗਿਆ, ਫਿਰ ਆਪਾਂ ਵੱਧ ਪਜਾ ਲਈ, ਫਿਰ ਉੱਥੇ ਥੋੜੀ ਗੜਬੜ ਹੋ। ਜਦੋਂ ਆਪਾਂ ਜਿਵੇਂ ਜਿਹੜੀ ਚੀਜ਼ ਹੈ ਕੰਪਨੀ ਤੋਂ ਆਪਾਂ ਹਟ ਕੇ ਲਵਾਵਾਂਗੇ, ਜਾਂ ਤਾਂ ਆਪਾਂ ਇਹ 'ਚ ਪਾਵਰ ਲਵਾ ਸਕਦੇ ਹਾਂ ਜਾਂ ਏਸੀ ਲਵਾ ਸਕਦੇ ਹਾਂ, ਦੋਨੇ ਲਵਾਵਾਂਗੇ ਉਹ ਫਿਰ ਨੁਕਸਾਨ ਦੂ। ਮਤਲਬ ਇਹ ਉਹ ਲੋਹਾ ਆ ਜਿਹਨੂੰ ਸ਼ੌਂਕ ਨਾਲ ਰੱਖ ਹੋਣਾ ਆ, ਕਿ ਜੇ ਆਪਾਂ ਕਹੀਏ ਧੱਕਾ ਕਰਨਾ ਹੈ ਧੱਕੇ ਵਾਲੀ ਚੀਜ਼ ਹੈ, ਧੱਕੇ ਵਾਲੀ ਹੁਣ ਪਟਰੋਲ ਨਾਲ ਰੱਖਣੀ ਪੈਣੀ ਆ। ਬੜੇ ਪਿਆਰ ਨਾਲ ਧੱਕਾ ਚੱਲਦੀ ਆ, ਪਿਆਰ ਨਾਲ ਧੱਕਾ ਚੱਲਦੀ ਆ, ਜੇ ਆਪਾਂ ਕਹੀਏ ਵੀ ਹਾਂ ਵੀ ਉਧਰ ਸਿੱਟੀ ਫਿਰ ਉਧਰ, ਉਵੇਂ ਉਨੇ ਵਾਲੀ ਹੈ ਨਹੀਂ ਇਹ, ਇਹ ਧੱਕਾ ਚੱਲਦੀ ਆ ਪਿਆਰ ਨਾਲ, ਜਿੰਨਾ ਕੁ ਆਪਾਂ ਕਹਦੇ ਵੀ ਸਹਿ ਸਹਿ ਕੇ ਜੇ। ਨਾਲੇ ਯਾਰ ਨੀਵੀਂ ਕਾਹਤੋਂ ਇੰਨੀ? ਇਹ ਨੀਵੀਂ ਵੀਰੇ ਥੋੜ੍ਹੀ ਜਿਹੀ ਲੋਅ ਰਾਈਡਰ ਕਰਾਈ ਹੋਈ ਆ, ਮਤਲਬ ਇਹਦੀ ਜਿਹੜੀ ਕਮਾਣੀ ਹੈ ਥੋੜ੍ਹੀ ਜਿਹੀ ਧੜ ਘਟਾ ਕੇ ਨਾ ਥੋੜ੍ਹੀ ਜਿਹੀ ਹਲਕੀ ਜਿਹੀ ਕਰਾਈ ਹੋਈ ਨੀਵੀਂ, ਮੈਂ ਉਹਦੇ ਨਾਲ ਥੋੜ੍ਹੀ ਵਧੀਆ ਲੱਗਦੀ ਆ। ਇੱਕ ਦੂਸਰਾ ਇਹ ਆਏ ਵੀ ਥੋੜ੍ਹੀ ਜਿਹੀ ਬੈਸ਼ਕੇ ਛੱਪ ਕੇ ਚੱਲਦੀ ਆ, ਅਤੇ ਇੱਕ ਇਹਦੀ ਓਰੀਜਨਲ ਨੰਬਰ ਪਲੇਟਾਂ ਤਾਂ ਲਵਾਈਆਂ ਹੋਈਆਂ, ਕਿਉਂਕਿ ਕੀ ਆ ਲੁਧਿਆਣੇ ਮੈਂ ਆਮ ਜਾਂਦਾ ਰਹਿੰਦਾ ਵਾਂ ਥੋੜ੍ਹੇ ਦਿਨਾਂ ਬਾਅਦ, ਤਾਂ ਉੱਥੇ ਜਦੋਂ ਆਹ ਨੰਬਰ ਪਲੇਟ ਲੱਗੀ ਹੋਊ ਤਾਂ ਮਤਲਬ ਵਿੱਚ ਕੋਈ ਛੇੜਛਾੜ ਨਹੀਂ, ਸਾਰੀ ਪਾਸਿੰਗ ਪੁਸਿੰਗ ਆਲ ਓਕੇ। ਚੰਡੀਗੜ੍ਹ? ਚੰਡੀਗੜ੍ਹ ਨਹੀਂ ਜਾਂਦੀ ਚੰਡੀਗੜ੍ਹ, ਕਈ ਰੀਜ਼ਨ ਇਹ 'ਚ ਬਸ ਇਹੀ ਆ ਵੀ ਇਹਦੇ ਟਾਇਰ ਜਾ ਵੀ ਬੜੂਗੀ ਏਡੇ ਕੋਈ ਚੱਕਰ ਨਹੀਂ, ਟਾਇਰ ਆਪਾਂ ਨੂੰ ਬਦਲਣੇ ਪੈਣੇ ਕਿਉਂਕਿ ਇਹਦੇ ਜਿਹੜੇ ਟਾਇਰ ਆ ਉਹ ਬਾਡੀ ਤੋਂ ਬਾਹਰ, ਬਾਡੀ ਤੋਂ ਬਾਹਰ ਆ, ਉਹਦਾ ਇਸ਼ੂ ਪੈਂਦਾ, ਉਹਦਾ ਚਲਾਨ ਕਰ ਦਿੰਦੇ ਹੋ ਚੰਡੀਗੜ੍ਹ, ਮੋਹਾਲੀ ਤੱਕ ਜਾਂਦੀ ਆ, ਚੰਡੀਗੜ੍ਹ ਵੀ ਚਲੀ ਜਾਊਗੀ ਜੇ ਉਹ ਟਾਇਰਾਂ ਨਾਲ ਚਲਾਨ ਨਾ ਹੋਵੇ ਕੋਈ ਦਿੱਕਤ ਨਹੀਂ, ਸਾਰੀ ਪਾਸ ਐਨ ਪ੍ਰਦੂਸ਼ਣ ਦਾ ਸਾਰਾ ਓਕੇ ਫਸਟ ਕਲਾਸ ਆਏ, ਜਿਵੇਂ ਆਪਾਂ ਕਹਿ ਦਈਏ ਵੀ ਜਿੱਥੇ ਦਿੱਲੀ ਬੰਬੇ ਜਿੱਥੇ ਮਰਜ਼ੀ ਲੈ ਜਾਓ, ਐਂ ਕੋਈ ਇਸ਼ੂ ਨਹੀਂ। ਤੇ ਬਾਕੀ ਪਿੱਛੇ ਸੀਟਾਂ ਕੱਢਤੀਆਂ ਇਹਦੀਆਂ? ਪਿੱਛੇ ਕੱਢਦਾ, ਐਂ ਥੋੜੀ ਲੰਡੀ ਸੋਹਣੀ ਲੱਗਦੀ, ਲੰਡੀ ਜੀ ਸੋਹਣੀ ਲੱਗਦੀ, ਐਂ ਤਾਂ ਨਹੀਂ ਹੁੰਦਾ ਯਾਰ ਡਰ ਜਿਹਾ ਲੱਗਦਾ ਕਦੀ ਗੱਡੀ ਨੂੰ ਕਿਸੇ ਪਾਸੇ ਜੰਗ ਪੈ ਜਾਊਗਾ ਜਾਂ ਕੁਛ? ਹੈ ਨਹੀਂ ਨਹੀਂ ਬਾਈ, ਆਪਾਂ ਵਧੀਆ ਧਵਾਵਾਂਗੇ, ਸੰਭਾਲ ਰੱਖਾਂਗੇ, ਕਿਤੇ ਨਹੀਂ ਇਹਨੂੰ ਕੁਛ ਹੁੰਦਾ। ਜੇ ਆਪਾਂ ਕਹਾਂਗੇ ਮਿੱਟੀ ਲੱਗੀ ਹੋਈ ਆ ਉਵੇਂ ਲਿਬੜੀ ਹੋਈ ਆ, ਕਦੇ ਥੱਲਿਓਂ ਧਵਾਈ ਨਹੀਂ ਜੰਗ, ਮੈਂ ਪਾਲਿਸ਼ ਪੂਲਿਸ਼ ਨਹੀਂ, ਜਿਵੇਂ ਆਪਾਂ ਕਹਿ ਦਈਏ ਵੀ ਜਿਹੜਾ ਜੰਗ ਆ ਉਹ ਉਦੋਂ ਹੀ ਲੱਗਦਾ, ਇੱਕ ਤਾਂ ਚੀਜ਼ ਖੜੀ ਰਵੇ, ਠੀਕ ਆ, ਬਾਕੀ ਉਹਦੇ ਕੱਪੜਾ ਕੁੱਪੜਾ ਨਾ ਵੱਜੇ ਤਾਂ ਉਦੋਂ ਨਾ ਹੋਵੇ ਉੱਥੇ ਜਾਲ ਪੈਣ ਲੱਗ ਜਾਂਦਾ, ਬਾਕੀ ਐਂ ਜਿਵੇਂ ਮੀਂਹ ਮੂੰਹ ਚੱਲਦੀ ਆ ਤਾਂ ਉਦੋਂ ਬਾਅਦ 'ਚ ਆ ਕੇ ਤਾਂ ਕੱਪੜਾ ਮਾਰ ਦਿੰਦੀ, ਕਿਉਂਕਿ ਆ ਕਈ ਜਿਵੇਂ ਪੁਰਾਣੀ ਚੀਜ਼ ਆ ਉਹ ਕਈ ਜਗ੍ਹਾ 'ਤੇ ਜੰਗ ਫੜ ਲੈਂਦੀ, ਬਸ ਪਾਣੀ ਤੋਂ ਤਾਂ ਬਾਹਲੀ, ਜਿਵੇਂ ਕਿਤੋਂ ਪਾਣੀ ਡਿੱਗੀ ਜਾਵੇ ਇੱਥੇ ਮੀਂਹ 'ਚ ਖੜੀ ਰਵੇ ਉਹ ਤਾਂ ਜਾਲ ਪੈਣਾ ਹੀ ਪੈਣਾ, ਇਹ ਹੁਣ ਜਿਵੇਂ ਮੀਂਹ ਮੂੰਹ 'ਚ ਵੀ ਆ ਜਾਏ ਤਾਂ ਇਹਨੂੰ ਜਾ ਕੇ ਮੈਂ ਘਰੇ ਐਂ ਟਿਕਾ ਕੇ ਸਾਫ਼ ਕਰਕੇ ਫਿਰ ਖੜਾਈ, ਪਿੱਛੇ ਇੰਨਾ ਭਾਰਾ ਟਾਇਰ ਲਾ ਦਿੰਦੇ ਹੈ ਭਾਅ ਜੀ ਇਹ ਟਾਇਰ ਬਾਈ, ਹੁਣ ਜਿਹੜਾ ਇਹ ਟਾਇਰ ਆ ਇਹ ਪਿੱਛੇ ਜਿਹੜੀ ਆ ਚਾਦਰ ਆ ਜਿਹੜਾ ਡਾਲਾ ਇਹ ਤਾਂ ਨਹੀਂ ਲੱਗਦਾ, ਇਹ ਤਾਂ ਸਾਰਾ ਸਿਸਟਮ ਕਰਾ ਕੇ ਲਵਾਇਆ ਹੋਇਆ ਵਾ, ਹੁਣ ਉਹ ਥੋੜ੍ਹਾ ਜਿਹਾ ਇਹ ਤੜਕ ਗਿਆ ਕਿਉਂਕਿ ਇਹ ਹੈਵੀ ਬਹੁਤ ਜ਼ਿਆਦਾ ਆ, ਟਾਇਰ ਲਾਏ ਆ ਅਤੇ ਟਾਇਰ ਆ ਬਾਹਲਾ ਜ਼ਿਆਦਾ ਹੈਵੀ ਆ, ਹੁਣ ਮੈਂ ਨਵਾਂ ਲਿਆ ਕੇ ਜਦੋਂ ਕਿਤੇ ਗਿਆ ਮੁੱਗੇ ਜਾਂ ਕਿਤੇ ਜੈਪਸੀ ਦਾ ਨਰੀਨ ਲਈ ਲਿਆ ਕੇ ਲਾਵਾਂਗੇ, ਕਿਤੋਂ ਮਿਲ ਗਿਆ ਤਾਂ ਆਪਾਂ ਇਹ ਚੀਜ਼ ਮਗਰਲਾ ਪੁਆਇੰਟ ਜਿਹਾ ਹੁੰਦਾ ਇਹਦਾ ਉਹ ਲਿਆ ਕੇ ਆਪਾਂ ਲਾਵਾਂਗੇ। ਆਹਾ, ਅਤੇ ਬਾਕੀ ਰਹਿੰਦੀ ਗੱਲ ਇਹ ਆ ਕਿ ਵਿੱਚ ਗੋਪਰੋ ਲਾ ਦਿੰਦੇ, ਗਰਮੀ ਤਾਂ ਬਾਹਲੀ ਆ ਤਾਂ ਵੀ ਹੋ ਸਕਦਾ ਸ਼ੂਟ ਹੋ ਜਾਵੇ, ਹੈ ਸ਼ੀਸ਼ੇ ਖੋਲ ਕੇ ਚਲਾਉਂਦੇ ਆ ਕਿਉਂਕਿ ਏਸੀ ਦਾ ਵਿੱਚ ਹੈ ਨਹੀਂ ਉਹ, ਅਤੇ ਬਾਕੀ ਇੰਟਰਵਿਊ ਆਪਾਂ ਉੱਥੇ ਖਤਮ ਕਰਾਂਗੇ, ਵਿੱਕੀ ਸੈਂ ਕਰ ਫੇ ਵਿੱਚ ਕੈਮਰਾ ਲਾ ਦੇ ਗੱਡੀ ਦੇ, ਵੈਸੇ ਉਹ ਤਾਂ ਹੁਣ ਗੱਡੀ 'ਚ ਬੈਠੇ ਆ, ਨਾਲੇ ਗੱਲਾਂ ਬਾਤਾਂ ਗੱਡੀ 'ਚ ਵੀ ਕਰ ਲਾਂਗੇ, ਵੈਸੇ ਆਪਾਂ ਦੱਸੀ ਬਾਈ ਸਾਡਾ ਹੈਗਾ ਟ੍ਰੇਡਰ, ਹੈ ਹਾਂਜੀ ਟ੍ਰੇਡਰ ਇਨ ਸੈਂਸ ਆਪਾਂ ਪੰਜਾਬੀ 'ਚ ਕਹਿ ਦਈਏ, ਪੰਜਾਬੀ ਟ੍ਰੇਡਰ ਦੇ ਨਾਮ ਨਾਲ ਜਾਣਦੇ ਆ, ਤੇ ਟ੍ਰੇਡਿੰਗ ਮਤਲਬ ਕਰਦੇ ਆਪਾਂ ਕਿਸ ਤਰ੍ਹਾਂ ਆ? ਆਪਾਂ ਬਈ ਮੈਂ ਜ਼ਿਆਦਾ ਮਤਲਬ ਇੰਡੀਅਨ ਮਾਰਕੀਟ ਦੇ ਵਿੱਚ ਕਰਦਾ ਵਾਂ ਟ੍ਰੇਡਿੰਗ, ਅਤੇ ਸ਼ੇਅਰ ਮਾਰਕੀਟ, ਹਾਂ ਸ਼ੇਅਰ ਮਾਰਕੀਟ ਦੇ ਵਿੱਚ, ਜਾਂ ਮੈਂ ਉਹਦੀ ਕੋਚਿੰਗ ਦਿੰਦਾ ਆਪਣਾ ਇਹ ਜਿਵੇਂ ਆਫਿਸ ਆ ਇੱਥੇ ਆਪਾਂ ਕੋਚਿੰਗ ਮਤਲਬ ਕਲਾਸ ਵੀ ਆਪਾਂ ਲਾਈ ਸਿਖਾਉਂਦੇ ਆ, ਮਤਲਬ ਪੰਜਾਬੀ ਦੇ ਵਿੱਚ ਕਹੀਏ ਤਾਂ ਆਪਾਂ ਟ੍ਰੇਡਿੰਗ ਸਿਖਾਉਂਦੇ ਆ ਆਪਣਾ, ਜਦੋਂ ਆਪਣੇ ਕੋਲ ਸਟੂਡੈਂਟ ਇੱਥੇ ਸਿੱਖਣ ਆਉਂਦੇ ਨੇ, ਹੈ ਹਾਂਜੀ ਯਾਰ, ਲੱਗਦਾ ਕਿ ਇੰਨੇ ਕੁ ਬੰਦੇ, ਵੈਸੇ ਇਹ ਟ੍ਰੇਡਿੰਗ ਜਿਹੜਾ ਹੈ ਇਹਨੂੰ ਪ੍ਰੋਫੈਸ਼ਨ ਬਣਾਇਆ ਜਾ ਸਕਦਾ? ਹਾਂ ਬਈ, ਆਪਣਾ ਪ੍ਰੋਫੈਸ਼ਨ ਹੀ ਹੈ ਇਹ, 5 ਸਾਲ ਦੇ ਕਰੀਬ ਹੋ ਚੱਲਿਆ ਆਪਾਂ ਨੂੰ, ਤਾਂ ਆਪਾਂ ਇਹ ਮਤਲਬ ਆਪਾਂ ਪ੍ਰੋਫੈਸ਼ਨ ਦੇ ਤੌਰ 'ਤੇ ਇਹ ਕੰਮ ਨੂੰ ਲਿਆ ਹੋਇਆ, ਅਤੇ ਵਧੀਆ ਪੈਸੇ ਬਣਦੇ ਆ, ਬਸ ਥੋੜ੍ਹੀ ਜਿਹੀ ਕੀ ਆ ਮਿਹਨਤ ਲੈਂਦਾ ਵਾ ਕੰਮ ਇਹ, ਅਤੇ ਵੈਸੇ ਇੱਦਾਂ ਦਾ ਕੁਛ ਨਹੀਂ ਹੈਗਾ ਵੀ ਕੰਮ ਵਧੀਆ ਨਹੀਂ ਹੈਗਾ, ਥੋੜ੍ਹੀ ਜਿਹੀ ਮਿਹਨਤ ਜ਼ਿਆਦਾ ਭਾਲਦਾ ਵਾ, ਅਤੇ ਇਹ ਕੰਮ ਵਰਗੀ ਕੋਈ ਰੀਸ ਨਹੀਂ ਹੈਗੀ ਬਾਈ। ਟ੍ਰੇਡਿੰਗ ਤੋਂ ਲੈ ਕੇ ਕਈਆਂ ਦੇ ਵਹਿਮ ਹੁੰਦਾ ਕਿ ਯਾਰ ਇਹ 'ਚ ਰੁਪਈਆ ਕਰੋੜਾ ਬਣਦਾ, ਇਨਵੈਸਟਮੈਂਟ ਘੱਟ ਆ ਫਾਇਦਾ ਵੱਧਦਾ, ਐਂ ਹੈਗਾ? ਨਹੀਂ ਵੀ ਕਿਸੇ ਕਈ ਵਾਰੀ ਜਗ੍ਹਾ 'ਤੇ ਇੱਦਾਂ ਹੋ ਵੀ ਜਾਂਦਾ ਵਾ ਵੀ ਹਾਂ ਇਨਵੈਸਟਮੈਂਟ ਆਪਾਂ ਥੋੜ੍ਹੀ ਲਾ ਕੇ ਵਧੀਆ ਪੈਸੇ ਵੀ ਬਣ ਜਾਂਦੇ ਆ, ਬਟ ਇੱਦਾਂ ਦਾ ਇੱਦਾਂ ਦੀ ਥਿੰਕਿੰਗ ਨਹੀਂ ਹੈਗੀ ਵੀ ਹਾਂ ਪੈਸੇ ਡਬਲ ਹੋ ਜਾਣਗੇ, ਮਹੀਨੇ 'ਚ ਬੰਦਾ ਕਰੋੜਾਂ ਬਣਾਉਣ ਲੱਗ ਪਿਆ, ਇੱਦਾਂ ਦਾ ਕੁਛ ਨਹੀਂ ਹੈਗਾ। ਇੱਕ ਡਬਲ ਜਿਵੇਂ ਕਹਿੰਦੇ ਆ ਉਹ ਵਾਲਾ ਕੰਮ ਨਹੀਂ ਹੈਗਾ,
ਜਿਹਨੂੰ ਕਹਿ ਦੇ ਬਾਈ ਜੀ ਪੈਸੇ ਵੀ ਉਹਨੇ ਲਾਉਣੇ ਪੈਣਗੇ ਐ ਨਹੀਂ ਕਿ 5-7 ਹਜ਼ਾਰ ਇਹ ਐਂ ਹੀ ਨਹੀਂਗਾ ਵੀ ਬਾਪ ਜਿਹੜਾ 12 ਲੱਖ ਜਿਵੇਂ ਮੈਂ ਕੱਢਿਆ ਸੀ ਤੇ ਐਂ ਹੀ ਨਹੀਂਗਾ ਵੀ ਆ ਮਹੀਨੇ ਬਾਅਦ ਪਤਾ ਲੱਗਣ ਲੱਗ ਗਿਆ ਹਾਂਜੀ ਸਿੱਧਾ ਸਿੱਧਾ ਤੇ ਇਹਨੂੰ ਮੇਰੀ 3-4 ਸਾਲਾਂ ਦੀ ਮਿਹਨਤ ਲੱਗੀ ਆ ਫਿਰ ਮੈਂ ਉਹਦੇ ਤੇ ਪੈਸੇ ਲਾਏ ਆ ਫਿਰ ਮੇਰਾ ਐਕਸਪੀਰੀਅੰਸ ਆ ਫਿਰ ਸਾਰੀ ਚੀਜ਼ਾਂ ਨੂੰ ਮਿਲਾ ਕੇ ਫਿਰ ਆਊਟਪੁੱਟ ਨਿਕਲਿਆ ਵੀ ਹਾਂ ਮੈਂ ਪੈਸੇ ਬਣਾ ਸੀ ਆਏ ਨਹੀਂ ਹੈਗਾ ਇਦਾਂ ਦਾ ਕੁਝ ਨਹੀਂ ਵੀ ਮਹੀਨੇ ਬਾਅਦ ਪੈਸੇ ਪਹਿਲੀ ਵਾਰੀ ਕਿੰਨੇ ਪੈਸੇ ਲਾਏ ਸੀ ਬਈ ਮੈਂ 10-15 ਹਜ਼ਾਰ ਤੋਂ ਸ਼ੁਰੂ ਕੀਤਾ ਸੀ ਮੇਰੇ ਕੋਲ 10-15 ਹਜ਼ਾਰ ਆਪਦੀ ਸੇਵਿੰਗ ਸੀਗੀ ਤਾਂ ਮੈਂ ਉੱਥੋਂ ਸਟਾਰਟ ਕੀਤਾ ਸੀ ਮਤਲਬ ਕਹਿ ਦਿਓ 10-15 ਹਜ਼ਾਰ ਨੂੰ ਜਾ ਕੇ ਲੱਗ ਗਿਆ ਪਹਿਲਾਂ ਬਈ ਮੈਂ ਉਬਰ 'ਚ ਕੰਮ ਕੀਤਾ ਨਾ ਜ਼ੋਮੈਟੋ 'ਚ ਕੰਮ ਕੀਤਾ ਪਹਿਲਾਂ ਮੈਂ ਇੱਥੇ ਲੁਧਿਆਣੇ ਫੂਡ ਡਿਲੀਵਰੀ ਦਾ ਕੰਮ ਕੀਤਾ ਵਾ ਤੇ ਉਹਦੇ ਵਿੱਚੋਂ ਮੇਰੇ ਕੋਲ ਸੇਵਿੰਗ ਸੀਗੀ ਤਾਂ ਉਹ ਸੇਵਿੰਗ ਦੇ ਵਿੱਚੋਂ ਮੈਂ ਜਿਹੜੇ ਪੈਸੇ ਲਾਏ ਆ ਉਹ ਸੇਵਿੰਗ ਦੇ ਵਿੱਚੋਂ ਲਾਏ ਮਤਲਬ ਐ ਨਾ ਕਹੇ ਕੋਈ ਕਿ ਬਾਈ ਯਾਰ ਪਿੱਛੋਂ ਸਪੋਰਟ ਸੀਗੀ ਜਾਂ ਐ ਸੀਗਾ ਨਹੀਂ ਬਾਈ ਬਾਅਦ ਚ ਸਪੋਰਟ ਲਈ ਵੀ ਆ ਘਰਦਿਆਂ ਦੀ ਆਈ ਨਹੀਂ ਮੇਰੀ ਭੈਣ ਨੇ ਬੜੀ ਸਪੋਰਟ ਕੀਤੀ ਆ ਭੈਣ ਤੋਂ ਸਪੋਰਟ ਲਈ ਆ ਆਈ ਪਰ ਸ਼ੁਰੂ ਮੈਂ ਆਪਦੇ ਥੋੜੇ ਜਿਹੇ ਪੈਸੇ ਨਾਲ ਕੀਤਾ ਜੀ ਆਪਾਂ ਐ ਨਹੀਂ ਕਿ ਵੀ ਇਹ ਚ ਆਪਾਂ ਲੱਖਾਂ ਕਰੋੜਾਂ ਚਾਹੀਦਾ ਵਾ ਆਪਾਂ 5-10 ਹਜ਼ਾਰ ਨਾਲ ਵੀ ਇਹ ਕੰਮ ਸ਼ੁਰੂ ਕਰ ਸਕਦੇ ਹਾਂ ਇਦਾਂ ਦਾ ਕੁਝ ਨਹੀਂ ਹੈਗਾ ਵੀ ਹਾਂ ਆਪਾਂ ਨੂੰ ਪੈਸੇ 50,000 ਜਾਂ 1 ਲੱਖ ਚਾਹੀਦਾ ਤੇ ਜੇ ਕਿਸੇ ਨੇ ਆਪਣੇ ਕੋਲ ਟ੍ਰੇਨਿੰਗ ਲੈਣੀ ਹੋਵੇ ਹਾਂਜੀ ਬਈ ਆਪਣਾ ਜਿਹੜਾ ਨੰਬਰ ਆ ਇਹ ਦਫ਼ਤਰ ਦਾ ਨੰਬਰ ਹੈ ਇਹ ਉੱਪਰ ਕੰਟੈਕਟ ਕਰ ਸਕਦੇ ਹਾਂ ਇਹ ਆਪਣਾ ਦਫ਼ਤਰ ਨੰਬਰ ਹੈ ਇਹ ਉੱਪਰ ਕੰਟੈਕਟ ਕਰਕੇ ਸਾਰੀ ਡਿਟੇਲ ਮਿਲ ਜੂਗੀ ਵੀ ਕਿੱਦਾਂ ਕਿੱਦਾਂ ਲੱਗਦਾ ਭਾਵੇਂ ਘਰੇ ਬੈਠੇ ਸਿੱਖਣਾ ਆ ਜਿੱਥੇ ਮਰਜ਼ੀ ਆਨਲਾਈਨ ਵੀ ਕਲਾਸ ਲੱਗਦੀ ਆ ਆਫਲਾਈਨ ਵੀ ਲੱਗਦੀ ਤੁਹਾਡੇ ਕੋਲੇ ਆ ਕੇ ਵੀ ਬੰਦਾ ਸਿੱਖ ਸਕਦਾ ਜਿੱਦਾਂ ਮਰਜ਼ੀ ਸਿੱਖ ਹੁਣ ਜਿਵੇਂ ਲੱਗਦਾ ਕਿ ਯਾਰ ਜੀ ਕੱਲ ਹੋਰ ਸੌਖੇ ਹੋ ਗਏ ਹੈ ਜੱਟਾ ਹਾਂਜੀ ਇੱਥੇ ਲੱਗਦਾ ਕਿ ਯਾਰ ਹੁਣ ਤਾਂ ਜਿਪਸੀ ਆ ਕੱਲ ਲੱਗਦਾ ਕਿ ਜ਼ਿਆਦਾ ਸੌਖੇ ਹੋ ਜਾਗੇ ਕਿਹੜੀ ਗੱਡੀ ਆ ਦਿਮਾਗ 'ਚ ਯਾਰ ਆ ਲੈਣੀ ਆ ਭਾਈ ਮੇਰਾ ਥੋੜੀ ਪਸੰਦ ਮੈਨੂੰ ਜ਼ਿਆਦਾ ਹੈਗੀ ਆ ਮਰਸੀਡੀ ਗੱਡੀ ਹੈ ਨਾ ਮਰਸੀਡੀ 'ਚ ਕਿਹੜੀ ਮਰਸੀ ਈ ਕਲਾਸ ਈ ਕਲਾਸ ਹੈ ਰਾਦਾ ਜੇ ਬਾਬੀ ਨੇ ਮਿਹਰ ਕੀਤੀ ਤਾਂ ਆਉਂਦੇ ਵਾਲੇ ਸਮੇਂ 'ਚ ਆਪਾਂ ਮਰਸੀਡੀ ਲਿਆ ਯਾਰ ਉਦੋਂ ਅਸੀਂ ਇੱਥੇ ਲਾ ਕੇ ਕੈਮਰਾ ਈ ਕਲਾਸ 'ਚ ਬਾਈ ਨੂੰ ਕਹੀਏ ਚੱਲ ਯਾਰ ਹੁਣ ਉਹ ਵੀ ਕਰਦੇ ਆ ਵੀਡੀਓ ਈ ਕਲਾਸ ਤੇ ਬੜਾ ਮੈਨੂੰ ਬੜੀ ਸੋਹਣੀ ਲੱਗਦੀ ਮੇਰੇ ਫਰੈਂਡ ਕੋਲੇ ਹੁੰਦੀਆਂ ਸੀਗੀਆਂ ਤਾਂ ਮੈਂ ਚਲਾਈ ਸੀ ਬੜੀ ਸ਼ਾਨਦਾਰ ਗੱਡੀ ਬੜੀ ਕੰਫਰਟੇਬਲ ਬੰਦੇ ਦੇ ਘਰੇ ਮੈਂ ਉਦਾਂ ਹੀ ਪੁੱਛੂੰਗਾ ਕਿ ਇਹਦਾ ਜਵਾਬ ਨਹੀਂ ਦੇਣਾ ਨਾ ਵੀ ਸਹੀ ਜਦੋਂ ਬੰਦੇ ਕੋਲੇ ਮੋਟਰਸਾਈਕਲ ਸਕੂਟਰ ਹੁੰਦਾ ਆ ਤਾਂ ਜਦੋਂ ਬੰਦੇ ਦੇ ਕੋਲੇ ਗੱਡੀਆਂ ਆ ਜਾਂਦੀਆਂ ਨੇ 2-3-4 ਘਰੇ ਯਾਰਾਂ ਦੋਸਤਾਂ 'ਚ ਰਿਸ਼ਤੇਦਾਰਾਂ 'ਚ ਜਾਂ ਲੋਕਾਂ 'ਚ ਇਮੇਜ ਬਦਲਦੀ ਆ ਬਹੁਤ ਜ਼ਿਆਦਾ ਬਾਈ ਕਿੰਨਾ ਕੁ ਫਰਕ ਪਿਆ ਨਹੀਂ ਇਹ ਜੀ ਫਰਕ ਪੈ ਜਾਂਦਾ ਬੰਦਾ ਬਸ ਸਾਇੰਸ ਨੂੰ ਲੈਂਦਾ ਵੀ ਯਾਰ ਹਨਾ ਕਦੇ ਵੀ ਤੁਸੀਂ ਦੇਖੋ ਜਿਹੜਾ ਬੰਦਾ ਨਾ ਪੈਸੇ ਬਣਾਉਣ ਲੱਗ ਜਾਵੇ ਤਾਂ ਹਰੇਕ ਨੂੰ ਐਂ ਲੱਗਦਾ ਹੁੰਦਾ ਯਾਰ ਇਹਦੇ ਕੋਲੇ ਪਤਾ ਨਹੀਂ ਕਿਹੜਾ ਗਾਉਣਾ ਹਨਾ ਰੱਬ ਨੇ ਇਹਦੀ ਤੇ ਮਤਲਬ ਕਿਸਮਤ ਚੰਗੀ ਆ ਇੱਦਾਂ ਤਾਂ ਬਾਈ ਕਿਸਮਤ ਬੰਦਾ ਆਪ ਹੀ ਬਣਾਉਂਦਾ ਵਾ ਐਂ ਕੋਈ ਰੱਬ ਆਪਾਂ ਨੂੰ ਆਏ ਨਹੀਂ ਵੀ ਉਹਦੀ ਕਿਸਮਤ ਅੱਡ ਲਿਖੀ ਆ ਜੇ ਬੰਦਾ ਮਿਹਨਤ ਨਹੀਂ ਕਰੂਗਾ ਤਾਂ ਕਿਸਮਤ ਵੀ ਕੀ ਕਰ ਲੂ ਬਿਲਕੁਲ ਬਾਈ ਕਹਿੰਦੇ ਹੁਣ ਜੇ ਆਪਾਂ ਕਹਿ ਦਈਏ ਵੀ ਹਾਂ ਘਰੇ ਬੈਠਾ ਮੈਂ ਜੀ ਮੇਰੀ ਕਿਸਮਤ ਦੱਸੂਗੀ ਵੀ ਹਾਂ ਮੈਂ ਪੈਸੇ ਬਣਾਉਣੇ ਸ਼ੁਰੂ ਕਰਦੇ ਹਾਂ ਤੇ ਘਰੇ ਇਕੱਲਾ ਕਿਸਮਤ ਤੇ ਛੱਡ ਕੇ ਬਹਿ ਜਾਂਗੇ ਤਾਂ ਪੋਸੀਬਲ ਨਹੀਂ ਹੈਗਾ ਆਪਾਂ ਘਰੋਂ ਤੁਰਾਂਗੇ ਫਿਰ ਹੀ ਆਪਣੇ 'ਚ ਕੋਈ ਆਪਾਂ ਕੰਮ ਕਰਾਂਗੇ ਨਹੀਂ ਤਾਂ ਕਿਸਮਤ ਤੇ ਆਪਾਂ ਛੱਡ ਨਹੀਂ ਸਕਦੇ ਤਾਂ ਉੱਦਾਂ ਦਾ ਜੇ ਆਪਾਂ ਕਹੀਏ ਵੀ ਹਾਂ ਰਿਸ਼ਤੇਦਾਰਾਂ 'ਚ ਯਾਰਾਂ ਦੋਸਤਾਂ 'ਚ ਬਹੁਤ ਜ਼ਿਆਦਾ ਇਮੇਜ ਗੁੱਡ ਬਣੀ ਹੋਈ ਆ ਹੁਣ ਬਣੀ ਆ ਪਹਿਲਾਂ ਕਿੱਦਾਂ ਸੀ ਪਹਿਲਾਂ ਵੀ ਸੀ ਮੇਰੇ ਯਾਰ ਦੋਸਤ ਆ ਜਿਹੜੇ ਥੋੜੇ ਜਿਹਾ ਮਤਲਬ ਉਹ ਹਾਈ ਕਲਾਸ ਵਾਲੇ ਰਹੇ ਹੋਏ ਆ ਮਤਲਬ ਮੈਂ ਥੋੜੇ ਜਿਵੇਂ ਪੈਸੇ ਪੂਸੇ ਆਪਣੇ ਕੋਲੇ ਹੁੰਦੇ ਨਹੀਂ ਸੀ ਇੰਨੇ ਤਾਂ ਮੇਰੇ ਫਰੈਂਡ ਜ਼ਿਆਦਾ ਕਦੇ ਫੀਲ ਨਹੀਂ ਹੋਇਆ ਹੈਗਾ ਵੀ ਆਪਾਂ ਮਤਲਬ ਪੈਸੇ ਹੈ ਨਹੀਂਗੇ ਤਾਂ ਅੱਜ ਵੀ ਉਹੀ ਵਰਤਦੇ ਆ ਤੇ ਪਹਿਲਾਂ ਵੀ ਉਹੀ ਵਰਤਦੇ ਤਾਂ ਅੱਜ ਵਧੀਆ ਪੈਸੇ ਬਣਾਉਣੇ ਆ ਤਾਂ ਉਦੋਂ ਵੀ ਐਂ ਕਦੇ ਫੀਲ ਨਹੀਂ ਹੋਇਆ ਸੀ ਵੀ ਆਪਣੇ ਕੋਲ ਪੈਸੇ ਹੈ ਨਹੀਂਗੇ ਜਾਂ ਤੇਰੇ ਕੋਲ ਗੱਡੀ ਹੈ ਨਹੀਂਗੀ ਤਾਂ ਵਧੀਆ ਯਾਰ ਜਿਹੜੇ ਪੁਰਾਣੇ ਆ ਬਈ ਮੇਰੇ ਹੁਣ ਫਰੈਂਡ ਇਦਾਂ ਦੇ ਜਿਵੇਂ ਹੁਣ ਮੇਰੇ ਕੋਲ ਗੱਡੀ ਨਹੀਂ ਹੁੰਦੀ ਸੀ ਉਦੋਂ ਉਹਨਾਂ ਕੋਲ ਇਹ ਕਲਾਸ ਆਉਂਦੇ ਸੀ ਤਾਂ ਇਹ ਕਲਾਸ ਮੈਨੂੰ ਦੇ ਦਿੰਦੇ ਹੁੰਦੇ ਤੁਹਾਡੇ ਮਤਲਬ ਯਾਰ ਦੋਸਤ ਬਣਿਆ ਵੈਸੇ ਆਪਾਂ ਨੂੰ ਬੰਦੇ ਦੀ ਗੱਲਾਂ ਤੋਂ ਪਤਾ ਲੱਗਣ ਲੱਗ ਹੁਣ ਜਿੱਦਾਂ ਯਾਰ ਬਾਈ ਹੱਥਾਂ ਚੋਂ ਇੰਨਾ ਪੈਸਾ ਲੰਘਦਾ ਆ ਹੈ ਡੇਲੀ ਲੱਖਾਂ ਰੁਪਇਆ ਆਉਂਦਾ ਲੱਖਾਂ ਰੁਪਇਆ ਜਾਂਦਾ ਵੀ ਹੋਊਗਾ ਹਾਂਜੀ ਪੈਸੇ ਦਾ ਇੰਟਰਨਲ ਖੁਸ਼ੀ ਦੇ ਨਾਲ ਲੈਣਾ ਦੇਣਾ ਹੈਗਾ ਯਾਰ ਕਿ ਯਾਰ ਉਦੋਂ ਆਹ ਚੀਜ਼ ਸੋਚਦੇ ਸੀਗੇ ਤਾਂ ਹੁਣ ਆਹ ਚੀਜ਼ ਮਿਲ ਗਈ ਮੈਂ ਇੱਕ ਚੀਜ਼ ਦੇਖੀ ਜਿਹੜਾ ਪੈਸਾ ਵਾ ਨਾ ਪੈਸਾ ਬਹੁਤ ਕੰਮ ਆਉਂਦਾ ਵਾ ਬਟ ਪੈਸਾ ਇੱਕ ਚੀਜ਼ ਨਾਲ ਲੈ ਕੇ ਜ਼ਰੂਰ ਆਉਂਦਾ ਵਾ ਟੈਨਸ਼ਨ 100% ਸੱਚਾ ਮੇਰੇ ਨਾਲ ਇਹ ਚੀਜ਼ ਹੋਈ ਹੋਈ ਆ ਪੈਸਾ ਹਮੇਸ਼ਾ ਜਦੋਂ ਤੁਹਾਡੇ ਕੋਲੇ ਆਊਗਾ ਤਾਂ ਟੈਨਸ਼ਨ ਲੈ ਕੇ ਹੀ ਆਊਗਾ ਮਤਲਬ ਤੁਹਾਡੀਆਂ ਬਹੁਤ ਜ਼ਿਆਦਾ ਹੈਡਕ ਵੱਜ ਜਾਂਦੀਆਂ ਜਦੋਂ ਪੈਸਾ ਨਹੀਂ ਹੈਗਾ ਤਾਂ ਤੁਹਾਡਾ ਦਿਮਾਗ ਰਿਲੈਕਸ ਰਹੂਗਾ ਕਿਸੇ ਵੀ ਬੰਦੇ ਦਾ ਕਿਸੇ ਵੀ ਪਰਤਾ ਕੇ ਦੇਖ ਲਿਓ ਜਦੋਂ ਜ਼ਿਆਦਾ ਪੈਸਾ ਆਜੂ ਤਾਂ ਬੰਦਾ ਹਮੇਸ਼ਾ ਹੈਡਕ ਦੇ ਵਿੱਚ ਰਹੂਗਾ ਕੋਈ ਨਾ ਕੋਈ ਉਹਨੂੰ ਟੈਨਸ਼ਨ ਪਈ ਰਹਿਣੀ ਹੈ ਇਧਰੋਂ ਆਏ ਆ ਇਧਰੋਂ ਆਏ ਆ ਉਹ ਚ ਫਸ ਗਿਆ ਉਹ ਕੰਮ ਹੋ ਗਿਆ ਨੀਂਦ ਔਖੀ ਆਉਂਦੀ ਆ ਉਹ ਬਈ ਨੀਂਦ ਰਾਤ ਨੂੰ ਕਈ ਵਾਰੀ ਕੋਈ ਕੰਮ ਨਾ ਨਿਕਲੇ ਤਾਂ ਐਂ ਲੱਗ ਰਿਹਾ ਯਾਰ ਕੰਮ ਨਿਕਲੂਗਾ ਜਾਂ ਨਹੀਂ ਨਿਕਲੂਗਾ ਕਈ ਵਾਰੀ ਇਦਾਂ ਬੰਦੇ ਨੂੰ ਲੱਗਦਾ ਰਹਿੰਦਾ ਪੈਸਾ ਬਹੁਤ ਕੁਝ ਲੈ ਕੇ ਆਉਂਦਾ ਵਾ ਪਰ ਇਹ ਨਹੀਂ ਕਿ ਪੈਸਾ ਕੰਮ ਵੀ ਬਹੁਤ ਆਉਂਦਾ ਜਿਵੇਂ ਆਪਾਂ ਕਹਿ ਦਈਏ ਨਾ ਵੀ ਮਾੜੇ ਸਮੇਂ ਦੇ ਵਿੱਚ ਸਾਥ ਪੈਸਾ ਹੀ ਦਿੰਦਾ ਜਿਵੇਂ ਆਪਾਂ ਕਹਿ ਦਈਏ ਵੀ ਹਾਂ ਕੋਈ ਕੰਮ ਹੈ ਨਹੀਂ ਗਾ ਪੈਸਾ ਜਿਹੜਾ ਜੁੜਿਆ ਉਹੀ ਕੰਮ ਆਉਂਦਾ ਕੋਈ ਵੀ ਕੰਮ ਬਣਾ ਕੋਈ ਪੈਸਾ ਕੰਮ ਆਉਂਦਾ ਕੋਈ ਵੀ ਚੀਜ਼ ਲੈਣੀ ਹੋਵੇ ਕੰਮ ਆਉਂਦਾ ਤਾਂ ਖੁਸ਼ੀਆਂ ਦੇ ਵਿੱਚ ਹੀ ਪੈਸਾ ਹੀ ਕੰਮ ਆਉਂਦਾ ਮਤਲਬ ਅਸੀਂ ਨਹੀਂ ਕਹਿ ਸਕਦੇ ਵੀ ਖੁਸ਼ੀ ਖਰੀਦ ਸਕਦਾ ਬਟ ਪੈਸਾ ਖੁਸ਼ੀ
100 200 ਜੇਬ ਚ ਨਹੀਂ ਹੁੰਦਾ ਸੀ ਹੁਣ ਚਲੋ ਹਜ਼ਾਰਾਂ ਜੇਬ ਚ ਹੁੰਦਾ ਵਾ ਕਿੰਨਾ ਪੈਸਾ ਹੁਣ ਤੱਕ ਲੱਗਦਾ ਯਾਰ ਇੰਨਾ ਪੈਸਾ ਇਕੱਠਾ ਦੇਖ ਲਿਆ ਬਈ ਸੋਚਿਆ ਹੀ ਨਹੀਂ ਸੀ ਸਹੀ ਦੱਸਾਂ ਵੀ ਇੰਨਾ ਪੈਸਾ ਇਕੱਠਾ ਸੀ ਦੇਖ ਵੀ ਲਵਾਂ ਸੱਚੀ ਇੱਦਾਂ ਸੋਚਿਆ ਨਹੀਂ ਸੀਗਾ ਵੀ ਇੰਨਾ ਪੈਸਾ ਕਦੇ ਇਕੱਠਾ ਦੇਖ ਵੀ ਲਵਾਂਗੇ ਹਾਂ ਤੇ ਹਜ਼ਾਰਾਂ ਤਾਂ ਹੁਣ ਲੱਖਾਂ ਤੱਕ ਵੀ ਬਾਬੇ ਨੇ ਪਹੁੰਚਾਤਾ ਜੀ ਕਰਦਾ ਹੁਣ ਕੈਨੇਡਾ ਜਾਣ ਨੂੰ ਨਹੀਂ ਬਈ ਕੈਨੇਡਾ ਨਹੀਂ ਮਤਲਬ ਜੇ ਮੈਂ ਗਿਆ ਤਾਂ ਵੈਸੇ ਦੇਖ ਕੇ ਆਉਂਗਾ ਬਟ ਆਏ ਨਹੀਂ ਕੁਝ ਪਲਾਨ ਹੈਗਾ ਵੀ ਹਾਂ ਮੈਂ ਉੱਥੇ ਜਾ ਕੇ ਮਤਲਬ ਵੀ ਰਹੂੰਗਾ ਨਹੀਂ ਮੈਨੂੰ ਆਪਣਾ ਵਧੀਆ ਲੱਗਦਾ ਮੇਰਾ ਪਹਿਲਾਂ ਤੋਂ ਥਿੰਕ ਹੀ ਰਹੀ ਆ ਵੀ ਪਰ ਘਰ ਦੇ ਕਹਿੰਦੇ ਸੀ ਘਰ ਦੇ ਚਲੋ ਆਪਣੇ ਹਰੇਕ 99% ਆਪਣੇ ਹਰੇਕ ਘਰ ਦੇ ਕਹਿੰਦੇ ਵੀ ਬਾਹਰ ਜਾ ਕੇ ਲਾਈਫ ਵਧੀਆ ਵਾ ਬਟ ਇਹਦੇ ਨਾਲੋਂ ਪਰ ਇੱਧਰ ਜ਼ਿਆਦਾ ਨਜ਼ਾਰਾ ਇੱਧਰ ਜ਼ਿਆਦਾ ਨਜ਼ਾਰੇ ਕਦੇ ਆਏ ਜੇ ਮੈਂ ਗਿਆ ਵੀ ਕੈਨੇਡਾ ਮੇਰੀ ਪਲਾਨ ਬਣਦਾ ਵਾ ਕੋਈ ਬਿਜ਼ਨਸ ਤੋਰਨ ਜਾਊਂਗਾ ਵੈਸੇ ਜੇ ਮੈਂ ਕਹੀ ਵੀ ਹਾਂ ਉੱਥੇ ਰਹਿਣ ਲੱਗ ਜਾਂ ਰਹਿਣਾ ਮੈਂ ਇੱਥੇ ਮੈਂ ਆਪਦੇ ਇੱਥੇ ਉਹਨਾਂ ਨੂੰ ਵੀ ਆਹੀ ਸਿਖਾਉਣੇ ਆ ਹਾਂ ਮੈਂ ਕਹਿੰਦਾ ਵਾ ਵੀ ਕੈਨੇਡਾ ਨਾਲੋਂ ਇੱਥੇ ਕੋਈ ਆਪਦਾ ਆਈ ਨਹੀਂਗਾ ਵੀ ਸ਼ੇਅਰ ਮਾਰਕੀਟ ਦੇ ਵਿੱਚ ਕੋਈ ਨਹੀਂ ਕੰਮ ਕਰੋ ਜਿਹੜਾ ਵੀ ਬੰਦਾ ਸਾਡੀ ਵੀਡੀਓ ਦੇਖਦਾ ਨਾ ਹਾਂਜੀ ਜੇ ਸਾਡੇ ਕੋਲੇ ਆਉਣਾ ਕੀ ਸੋਚ ਕੇ ਆਵੇ ਬਈ ਮਿਹਨਤ ਕਰਨੀ ਆ ਤਾਂ ਆਪਾਂ ਤੋਂ ਸਿੱਖ ਸਕਦਾ ਵਾ ਜਿਹਨੇ ਮਿਹਨਤ ਨਹੀਂ ਕਰਨੀ ਆ ਵੀ ਜੇ ਇਦਾਂ ਸੋਚ ਗਿਆ ਵੀ ਹਾਂ ਇਹ ਤਾਂ ਇਹਨੂੰ ਤਾਂ ਆਉਂਦਾ ਵਾ ਇਹ ਤਾਂ ਹਾਂ ਦਿਮਾਗ 'ਚ ਘੋਲ ਕੇ ਪਾ ਦੂਗਾ ਨਹੀਂ ਮਿਹਨਤ ਕਰਨੀ ਪਊਗੀ ਕੋਈ ਵੀ ਕੰਮ ਆ ਆਪਾਂ ਕੋਈ ਦੁਕਾਨ ਦਾ ਕੰਮ ਤੋਰਨਾ ਕੋਈ ਆਪਾਂ ਕਾਰਾਂ ਦਾ ਕੰਮ ਤੋਰਨਾ ਕੋਈ ਆਪਾਂ ਮੋਬਾਈਲਾਂ ਦਾ ਕੰਮ ਤੋਰਨਾ ਹਰੇਕ ਕੰਮ ਮਿਹਨਤ ਭਾਲਦਾ ਬਿਨਾਂ ਮਿਹਨਤ ਤੋਂ ਕੋਈ ਕੰਮ ਨਹੀਂ ਹੁੰਦਾ ਕੋਈ ਕਿਸੇ 'ਚ ਮਿਹਨਤ ਥੋੜ੍ਹੀ ਘੱਟ ਕਰਨੀ ਪੈਂਦੀ ਹੈ ਇਹਦੇ ਥੋੜ੍ਹਾ ਜ਼ਿਆਦਾ ਮਿਹਨਤ ਭਾਲ ਲੈ ਵੀ ਜੱਟੋ ਗੱਲਬਾਤ ਐਂ ਆ ਹੁਣ ਗੱਡੀ ਵੀ ਦਿਖਾ ਦਿੱਤੀ ਬਾਈ ਦਾ ਬਿਜ਼ਨਸ ਵੀ ਦਿਖਾ ਦਿੱਤਾ ਬਾਈ ਦਾ ਸੁਭਾਅ ਵੀ ਦਿਖਾ ਦਿੱਤਾ ਅਤੇ ਬਾਕੀ ਵੀਡੀਓ ਵੀ ਜੇ ਤੁਸੀਂ ਇੱਧਰ ਤੱਕ ਪਹੁੰਚ ਕੇ ਮਤਲਬ ਉਹ ਵੀ ਸਾਰੀ ਤੁਸੀਂ ਦੇਖ ਲਈ ਬਾਕੀ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਬਾਈ ਦੀ ਗੱਲਾਂ ਬਾਈ ਦੀ ਗੱਡੀ ਤੁਹਾਨੂੰ ਵਧੀਆ ਲੱਗੀ ਹੋਊਗੀ ਅਤੇ ਗੱਡੀ ਦੀ ਜਾਣ ਤੋਂ ਪਹਿਲਾਂ ਦੇਣੀ ਤਾਂ ਨਹੀਂ ਨੋਟ ਪੋਸਿਬਲ ਬਈ ਬੜੇ ਸ਼ੌਂਕ ਨੂੰ ਲਈ ਆ ਮੈਂ ਹੈ ਨਾ ਪਿੱਛੇ ਜੇ ਬਲੀਨੋ ਲਈ ਕਾਪਰ ਨਵੀਂ ਕਢਾਈ ਸੀਗੀ ਪਰ ਉਹਦੇ ਨਾਲ ਵੀ ਜ਼ਿਆਦਾ ਮੈਨੂੰ ਹੈ ਨਾ ਇਹਦਾ ਸ਼ੌਂਕ ਜਾਣੀ ਮੈਨੂੰ ਵੀ ਜ਼ਿਆਦਾ ਪਸੰਦ ਆ ਉਹਦੇ ਨਾਲ ਉਹ ਐਂ ਕੰਫਰਟੇਬਲ ਉਹ ਬਹੁਤ ਜ਼ਿਆਦਾ ਜਿਵੇਂ ਬਟ ਮੈਨੂੰ ਇਹਦਾ ਸ਼ੌਂਕ ਹੈ ਖੜੀ ਵੀ ਸੋਹਣੀ ਲੱਗਦੀ ਆ ਘਰੇ ਖੜਾ ਕੇ ਨਾ ਬੰਦੇ ਨੂੰ ਉਈ ਜਿਵੇਂ ਬਾਹਰ ਖੜੀ ਨੂੰ ਦੇਖੀ ਜਾਵੇ ਉਈ ਬੰਦੇ ਦਾ ਜੀ ਲੱਗਿਆ ਰਹਿੰਦਾ ਇਹ ਉਹ ਚੀਜ਼ ਆ ਬਾਈ ਮੈਂ ਤੁਹਾਨੂੰ ਆਸ ਕਰਦੇ ਵੀਡੀਓ ਤੁਹਾਨੂੰ ਵਧੀਆ ਲੱਗੀ ਹੋਊਗੀ ਤੇ ਆਸ ਕਰਦੇ ਬਾਈ ਨੂੰ ਵੀ ਸਾਡੇ ਨਾਲ ਗੱਲਾਂ ਕਰਕੇ ਵਧੀਆ ਲੱਗਿਆ ਬਹੁਤ 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 ਨਾਈਸ ਬਾਕੀ ਮਿੱਤਰੋ ਤੁਹਾਡਾ ਤੇ ਬਾਈ ਤੁਹਾਡਾ ਸਮਾਂ ਦੇਣ ਲਈ ਧੰਨਵਾਦ ਹੈ ਧੰਨਵਾਦ ਅੱਗੇ ਮੋੜ ਦਈਏ ਫਿਰ ਯੂ ਟਰਨ ਲੈ ਲੈਣੇ ਚਲੋ ਮਿੱਤਰੋ ਬਾਕੀ ਲਵ ਜੂ ਹੈ ਤੇ ਬਾਈ ਬਾਈ ਹੈ